ਹੈਲੋ ਥਿਸ ਇਜ਼ ਸੰਦੀਪ ਸਿੰਘ ਐਂਡ ਵੈਲਕਮ ਟੂ ਸੰਦੀਪ ਮੈਥ ਲੈਬ ਸੰਦੀਪ ਮੈਥ ਲੈਬ ਸੰਦੀਪ ਮੈਥ ਲੈਬ ਦੇ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਜੀ ਸੋ ਅੱਜ ਜੁੜੇ ਹਾਂ ਜੀ ਫੇਰ ਆਪਾਂ ਇੱਕ ਤੁਹਾਡੇ ਨਾਲ ਨਵੀਂ ਵੀਡੀਓ ਦੇ ਨਾਲ ਠੀਕ ਹੈ ਜੀ ਜੀ ਪੀਐਸ ਸਤੰਬਰ ਜਿਹੜਾ 2016 ਦੇ ਤੇ ਪਾਰਟ 3 ਲੈ ਕੇ ਆਏ ਆ ਤੇ ਜਿਹਦੇ ਵਿੱਚ ਆਪਣੇ ਲਾਸਟ 10 ਕੁਸ਼ਚਨ ਬਚ ਗਏ ਸੀ ਇਹ ਤੋਂ ਜਿਹੜੇ ਪਹਿਲੇ ਆਪਾਂ 20 ਕੁਸ਼ਚਨ ਇੱਕ ਪਾਰਟ 1 ਤੇ ਪਾਰਟ 2 ਦੇ ਵਿੱਚ ਆਪਾਂ ਕੰਪਲੀਟ ਕਰ ਚੁੱਕੇ ਹਾਂ ਸੋ ਜਿਨੇ ਕੈਂਡੀਡੇਟਸ ਤੇ ਸਟੂਡੈਂਟਸ ਨਿਊ ਵੀਡੀਓਜ਼ ਨਹੀਂ ਦੇਖੀਆਂ ਉਦੇ ਚ ਬਹੁਤ ਹੀ ਇੰਪੋਰਟੈਂਟ ਕੁਐਸਚਨ ਤੇ ਉਹਦੇ ਪਿੱਛੇ ਟ੍ਰਿਕਸ ਤੇ ਕਨਸੈਪਟ ਕੀ ਨੇ ਉਹ ਵੀ ਬੜੇ ਅੱਛੇ ਤਰੀਕੇ ਨਾਲ ਸਮਝਾਏ ਨੇ ਸੋ ਤੁਸੀਂ ਇਹ ਵੀਡੀਓ ਦੇਖਣ ਤੋਂ ਪਹਿਲਾਂ ਤੁਸੀਂ ਉਹ ਪਾਰਟ 1 ਦੇ ਪਾਰਟ 2 ਵੀਡੀਓ ਜ਼ਰੂਰ ਦੇਖ ਲੈਣਾ ਠੀਕ ਹੈ ਜੀ ਸੋ ਚਲਦੇ ਹਾਂ ਜੀ ਅੱਜ ਦੇ ਆਪਣੇ ਸਭ ਤੋਂ ਜਿਹੜੇ ਲਾਸਟ ਵਾਲੇ 10 ਕੁਐਸਚਨ ਸੀ ਉਹਨਾਂ ਦੇ ਵਿੱਚ ਕੀ ਕੀ ਅੰਡਰਸਟੈਂਡਿੰਗ ਬਣਾਨੀ ਹੈ ਤਾਂ ਕਿਹੜੇ-ਕਿਹੜੇ ਕੁਐਸਚਨ ਸੀਗੇ ਠੀਕ ਹੈ ਜੀ ਚਲਦੇ ਆ ਸਭ ਤੋਂ ਪਹਿਲੇ ਕੁਐਸਚਨ ਦੇ ਉੱਤੇ ਜੀ ਦੇਖੋ ਇਹ ਕੁਐਸਚਨ ਦੇ ਵਿੱਚ ਆਪਸ਼ਨ ਬੜੀਆਂ ਅੱਛੇ ਦਿੱਤੀਆਂ ਹੋਈਆਂ ਸੀਗੀਆਂ ਆ ਕੁਐਸਚਨ ਦੇਖੋ ਕੀ ਹੈ ਵਾਟ ਇਜ਼ ਦ 6 ਪੁਆ ਬਟ ਇਦਰ 6.75 ਆਰਸ ਇਨ ਆਰਸ ਇਨ ਆਰਸ ਇਨ ਮਿੰਟ ਮੀਨਸ ਆਪਾਂ ਇਸ ਜਿਹੜਾ ਆ ਟਾਈਮ ਦਿੱਤਾ ਹੋਇਆ ਆਪਾਂ ਨੂੰ ਇੱਕ ਟਾਈਮ ਦਿੱਤਾ ਹੋਇਆ ਪਾਣ ਠੀਕ ਹੈ ਜੀ ਇਹਨੂੰ ਆਪਾਂ ਘੰਟਿਆਂ ਤੇ ਮਿੰਟਸ ਦੇ ਵਿੱਚ ਪਤਾ ਕਰਨਾ ਆ ਉਹਦੇ ਆਪਸ਼ਨਸ ਦਿੱਤੇ ਹੋਏ ਨੇ ਠੀਕ ਹੈ ਜੀ ਹੁਣ ਇਹਦੇ ਵਿੱਚ ਦੇਖੋ ਕੀ ਕੀ ਗਲਤੀਆਂ ਕਰਦੇ ਕਈ ਬੱਚੇ ਨੇ ਕੀ ਕੀਤਾ ਵੀ ਆਹ ਦੇਖੋ ਇਹਨੇ ਕੀ ਲਿਖਿਆ ਆਇਆ ਨੇ ਇਸਨੇ ਲਿਖਿਆ ਹੋਇਆ 6.75 ਉਸਨੇ ਕੀ ਕੀਤਾ ਵੀ ਇਹ ਜਿਹੜੇ ਇਸਨੂੰ ਮੰਨ ਲਿਆ ਇਹਨੂੰ ਆਰ ਮੰਨ ਲਿਆ ਤੇ ਜਿਹੜਾ ਆਹ ਵਾਲਾ ਇਹ ਹੈ ਇਸ ਨੂੰ ਕੀ ਹੈ ਮਿੰਟ ਮੰਨ ਲਿਆ ਬੱਚੇ ਕੀ ਬਹੁਤ ਸਾਰੇ ਬੱਚੇ ਨੇ ਗਲਤ ਗਲਤੀ ਕੀਤੀ ਉਹਨਾਂ ਨੇ ਕੀ ਕੀਤਾ ਵੀ ਆਹ ਵਾਲਾ ਆਨਸਰ ਹੈ ਜਿਹੜਾ ਆਹ ਵਾਲਾ ਆਨਸਰ ਹੈ 6 ਘੰਟੇ 75 ਮਿੰਟ ਕੀ ਹੈ ਗਲਤੀ ਨਾਲ ਟਿੱਕ ਕਰਤਾ ਠੀਕ ਹੈ ਇਹ ਆਪਣਾ ਆਪਸ਼ਨ ਨਹੀਂ ਹੈਗਾ ਉਸ ਤੋਂ ਬਾਅਦ ਦੇਖੋ ਕਿ ਬੱਚੇ ਦੀ ਹੋਰ ਕੀ ਥਿੰਕਿੰਗ ਹੈ ਉਹ ਸੋਚਦਾ ਵੀ 6 ਘੰਟੇ ਤਾਂ ਮੈਨੂੰ ਇੱਥੋਂ ਮਿਲ ਗਏ ਠੀਕ ਹੈ ਸੀ ਆ ਕੀ ਸੀਗੇ ਮੇਰੇ ਕੋਲ 75 ਮਿੰਟ ਸੀਗੇ 75 ਮਿੰਟ ਦੇ ਵਿੱਚ ਮੇਰੇ ਕੋਲ ਕਿੰਨੇ ਆ ਗਏ ਜੀ 60 ਮਿੰਟ ਇੱਕ ਆ ਗਏ ਤੇ 15 ਮਿੰਟ ਮੇਰੇ ਕੋਲ ਇੱਕ ਆ ਗਏ ਤੋ ਇਹਦਾ ਵੀ 1 ਘੰਟਾ ਜੋ ਐਡ ਕਰਕੇ ਇਹਦੇ ਵਿੱਚ ਮਿਨਾ ਦਿੰਦਾ ਉਹ ਕੀ ਬਣਦਾ 7 ਘੰਟੇ 15 ਮਿੰਟ ਠੀਕ ਹੈ ਮੀਨਸ 7 ਆਰ 15 ਮਿੰਟਸ ਕੀ ਹੈ ਉਹ ਅਨਸਰ ਲਗਾ ਰਿਹਾ ਇਸ ਦਾ ਇਹ ਵੀ ਬੱਚਿਆਂ ਦੇ ਕਿਉਂਕਿ ਜਦ ਟੈਸਟ ਲੈਣੇ ਆ ਜਾਂ ਬੱਚੇ ਨੂੰ ਪੜਾਉਣੇ ਆ ਤਾਂ ਇਹ ਚੀਜ਼ਾਂ ਬੱਚਿਆਂ ਦੇ ਸਾਹਮਣੇ ਆਉਂਦੀਆਂ ਤਾਂ ਦੇਖੋ ਇਹ ਵੀ ਜਿਹੜਾ ਅਨਸਰ ਹੈ ਆਪਸ਼ਨ ਦੇ ਵਿੱਚ ਪਿਆ ਹੈ ਮੀਨਸ ਜੋ ਜੋ ਤੁਸੀਂ ਗਲਤੀਆਂ ਪੇਪਰ ਦੇ ਵਿੱਚ ਕਰ ਸਕਦੇ ਹੋ ਉਹ ਐਗਜ਼ਾਮੀਨਰ ਆਪਣੇ ਮਾਈਂਡ ਦੇ ਵਿੱਚ ਰੱਖਦਾ ਹੈ ਵੀ ਇਹ ਵ ਲਈ ਗਲਤੀਆਂ ਕੀ ਹੈ ਬੱਚਾ ਕਰੂਗਾ ਠੀਕ ਹੈ ਤਾਂ ਤੁਸੀਂ ਕੀ ਕਰਨਾ ਇਹ ਵਾਲੀ ਗਲਤੀਆਂ ਤੋਂ ਬਚਣਾ ਇਹ ਜਿਹੜੇ ਛੋਟੇ ਛੋਟੇ ਇਹਨਾਂ ਨੇ ਗਲਤੀਆਂ ਕਰਨ ਦੇ ਜਿਹੜੇ ਤਰੀਕੇ ਦੱਸੇ ਹੋਏ ਨੇ ਹਨਾ ਉਹਨਾਂ ਤੋਂ ਆਪਾਂ ਬਚਣਾ ਹੈ ਤਾਂ ਉਸ ਤੋਂ ਆਪਣਾ ਆਪਸ਼ੀ ਡੀਵੀ ਕੀ ਇਹ ਆਪਣਾ ਆਨਸਰ ਨਹੀਂ ਹੈ ਇਹਦਾ ਐਗਜੈਕਟ ਆਨਸਰ ਕੀ ਉਹ دیکھتے ਆਪਾਂ ਕਿਵੇਂ ਹੈ ਠੀਕ ਹੈ ਹੁਣ ਇਸਨੇ ਲਿਖਿਆ ਇਹ ਜੇ ਇਸਨੇ ਆਪਾਂ ਦਿੱਤਾ ਹੈ ਪੁਆਇੰਟਾਂ ਦੇ ਵਿੱਚ ਠੀਕ ਹੈ ਜੀ ਪੁਆਇੰਟਾਂ ਦੇ ਵਿੱਚ ਦਿੱਤਾ ਇਸਨੇ 6.75 ਇਹਨੂੰ ਆਪਾਂ ਦੇਖੋ ਐਜ਼ ਇੱਕ ਡੈਸੀਮਲ ਨੰਬਰ ਕਨਸੀਡਰ ਕਰਨਾ ਹੈ ਠੀਕ ਹੈ ਜਿਵੇਂ ਆਪਾਂ ਲਿਖ ਲਿਆ 6 ਉਸ ਤੋਂ ਬਾਅਦ ਪਲੱਸ जीरो पॉइंट सैवन फाइव जो आ वाला अपने को प्लस तो पहला वाला आ गया ये अपने को आ गया आरस मीनस अपने कोंटे आ गए ठीक है हूँ इसको देखो आप करना वा जो पॉइंट है पॉइंट आप इतने लिख लिया पॉइंट में आपवर कन्वर, कन्वर्ट करना ठीक है, है? फ्रैक्शन इस लिख सकते हैं हंड बाय हंड्रड क्योंकि पॉइंट तो बाद है दो डिजिट् ने पॉइंट तो बाद दोिजिट् एक दो, दो तो आपका की है ਠੀਕ ਹੈ ਸਿੰਪਲ ਹੈ ਦੇ 1 ਦੇ ਨਾਲ 2 2 ਜ਼ੀਰੋਸ ਲਾ ਕੇ ਆਪਾਂ ਇਹਨੂੰ ਫ੍ਰੈਕਸ਼ਨ 'ਚ ਕਨਵਰਟ ਕਰ ਲਿਆ ਉਸ ਤੋਂ ਬਾਅਦ ਦੇਖੋ ਕੀ ਕਰਨਾ ਅੱਗੇ ਦੇਖੋ ਇਹ RAMNAL 25 ਦੇ ਟੇਬਲ ਤੇ ਕਿਤੇ ਜਾਂਦੇ 25 3 75 25 4 ਠੀਕ ਹੈ 100 ਹੁਣ ਦੇਖੋ ਇੱਥੇ ਇੱਕ ਹੋਰ ਗਲਤੀ ਹੋ ਸਕਦੀ ਹੈ ਮੀਨ ਜ 3/4 ਤਾਂ ਤੁਸੀਂ ਲਿਖ ਲਿਆ ਤੁਸੀਂ ਕੀ ਲਿਖੋਗੇ ਵੀ 6 ਘੰਟੇ ਤੇ ਠੀਕ ਹੈ ਤੇ 3/4 ਕੀ ਆ ਗਿਆ ਮਿੰਟ ਆ ਗਿਆ ਦੇਖੋ ਆ ਵੀ ਆਪਸ਼ਨ ਦੇ ਵਿੱਚ ਪਿਆ 6 ਆਰ ਐਂਡ 3/4 ਮਿੰਟਸ ਠੀਕ ਹੈ ਬਟ ਜਦੋਂ ਵੀ ਆਪਾਂ ਇਹ ਧਿਆਨ ਰੱਖਣਾ ਵੀ ਮਿੰਟ ਆਪਾਂ ਕੀ ਐਵੇਂ ਨਹੀਂ ਕਹਿੰਦੇ ਵੀ ਡੇਢ ਮਿੰਟ ਤਿੰਨ ਮਿੰਟ ਜਾਂ ਸਾਢੇ ਤਿੰਨ ਮਿੰਟ ਠੀਕ ਹੈ ਜਾਂ 3/4 ਮਿੰਟ ਹੋ ਗਏ ਇਸ ਤਰ੍ਹਾਂ ਇਸ ਤਰ੍ਹਾਂ ਆਪਾਂ ਨਹੀਂ ਬੋਲਦੇ ਆਪਾਂ ਕਿਵੇਂ ਬੋਲਦੇ ਆ 1 ਮਿੰਟ 2 ਮਿੰਟ 15 ਮਿੰਟ 20 ਮਿੰਟ ਠੀਕ ਹੈ ਸੋ ਇਸ ਨੂੰ ਆਪਾਂ ਕੀ ਕਨਵਰਟ ਕਰਨਾ ਇਹ 3/4 ਅਸਲ ਦੇ ਵਿੱਚ ਹੁੰਦਾ ਕੀ ਹੈ 3/4 ਨੂੰ ਆਪਾਂ ਕੀ ਕਰਨਾ ਹੈ इतने लिख लें थ्री बाय फोर ना कि करना मिनट्स के कनवर्ट करना है, है तो आप की है मल्टीप्लाई बाय सिक्सटी कर दो ठीक है तो यहाँ की है कटिंग होगी गई कि पंद्रह चौका सठ हो जाएगा यदर इन्हें तीन मल्टप्लाई किया कि आ गया जी पंताली इट मीनस कि आ गया जो थ्री बाय फोर है इसमें कि लिखा जा सकता अपना पंताली मिनट तो ये छे घंटे मिल गया से अपना इतों ठीक है इतों आप छः घंटे मिले होया पंताली मिनट मिल गए मैं तुम्हें हाईलाइट कर देना ठीक है इतने आप देखो छे घंटे छे घंटे ਇੱਥੇ ਜਿਹੜਾ ਬਾਅਦ ਵਿੱਚ ਫ੍ਰੈਕਸ਼ਨ ਨੂੰ ਕਨਵਰਟ ਕਰਕੇ ਆ ਉਹ ਕਿੰਨਾ ਆਇਆ ਕਿ ਉਹ 45 ਮਿੰਟ ਤੋਂ ਆਪਣਾ ਆਨਸਰ ਕੀ ਹੈ ਜੀ অপਸ਼ਨ ਬੀ 6 ਘੰਟੇ 45 ਮਿੰਟ ਕੀ ਆਪਣਾ ਇਹਦਾ ਆਨਸਰ ਹੈ ਠੀਕ ਹੈ ਜੀ ਇੱਕ ਓਕੇ ਸੋ ਇਹਦਾ ਐਗਜੈਕਟ ਆਨਸਰ ਕੀ ਹੈ ਜੀ ਆਪਣਾ অপਸ਼ਨ ਬੀ ਠੀਕ ਹੈ ਦੇਖੋ ਚਾਰਾਂ ਦੇ ਵਿੱਚ ਤਿੰਨ ਆਪਸ਼ਨਸ ਐਸੀਆਂ ਸੀਗੀਆਂ ਜਿਹੜੀਆਂ ਕਿ ਇਹ ਤੁਹਾਡੀ ਗਲਤੀ ਜੋ ਤੁਸੀਂ ਗਲਤੀ ਕਰਨੀ ਹੈ ਠੀਕ ਹੈ ਉਹ ਗਲਤੀ ਦੇ ਨਾਲ ਜਿਹੜੇ ਆਨਸਰ ਆਣੇ ਉਹ ਵੀ ਦੇਖੋ ਉਹਨਾਂ ਨੇ অপਸ਼ਨ ਦੇ ਵਿੱਚ ਹੀ ਦਿੱਤੇ ਹੋਏ ਨੇ ਸੋ ਇਹ ਛੋਟੇ ਛੋਟੇ ਗਲਤੀਆਂ ਤੋਂ ਬਚਣਾ ਠੀਕ ਹੈ ਜੀ ਸੋ ਚੱਲਦੇ ਆ नेक्स्ट ਕੁਐਸਚਨ ਤੇ ਹਾਂਜੀ ਇਹ ਬੜਾ ਇੰਪੋਰਟੈਂਟ ਕੁਐਸਚਨ ਹੈ ਦੇਖੋ ਥੋੜਾ ਕਨਸੈਪਚੁਅਲ ਕੁਐਸਚਨ ਹੈ ਕਨਸੈਪਟ ਦੇ ਕਨਸੈਪਟ ਦੇ ਉੱਪਰ ਬੇਸਡ ਹੈ ਦਾ ਹਾਈਟ ਆਫ ਅ ਰੈਕਟੈਂਗਲ ਇਨ ਅ ਹਿਸਟੋਗ੍ਰਾਮ ਸ਼ੋ ਹਿਸਟੋ ਪਹਿਲਾਂ ਤਾਂ ਆਪਣੇ ਕੋਲ ਦੇਖੋ ਹਿਸਟੋਗ੍ਰਾਮ ਜਿਹੜਾ ਗ੍ਰਾਫ ਹੁੰਦਾ ਹ ਉਸਨੂੰ ਹੁੰਦਾ ਕਿਸ ਤਰ੍ਹਾਂ ਠੀਕ ਹੈ ਇਸ ਤਰ੍ਹਾਂ ਗ੍ਰਾਫ ਹੈ ਮੰਨ ਲਓ ਇਹ ਗ੍ਰਾਫ ਹੈ ਇਸ ਤਰ੍ਹਾਂ ਇਹ ਕੀ ਹੈ ਰੈਕਟੈਂਗਲ ਜਿਹੜੇ ਬਿਲਡਿੰਗਸ ਨੇ ਇਸ ਤਰ੍ਹਾਂ ਨਾਲ-ਨਾਲ ਬਣੀ ਹੁੰਦੀਆਂ ਹਨ ਹਿਸਟੋਗ੍ਰਾਮ ਦੀ ਖਾਸੀਅਤ ਇਹੀ ਹੈ ਕਿ ਜਿਹੜੀ ਬਿਲਡਿੰਗਸ ਨੇ ਇਹ ਕੀ ਹੈ ਨਾਲ-ਨਾਲ ਇਸ ਤ ਕੋਈ ਇਸ ਤੋਂ ਉੱਚੀ ਹੁੰਦੀ ਹੈ ਕੋਈ ਇਸ ਤੋਂ ਵੱਡੀ ਹੁੰਦੀ ਹੈ ਇਸ ਤਰ੍ਹਾਂ ਕੀ ਹੈ ਬੜੀਆਂ ਹੁੰਦੀਆਂ ਨੇ ਓਕੇ ਉਹ ਉਹਨਾਂ ਦਾ ਕੁਐਸਚਨ ਕੀ ਇਹ ਵੀ ਜਿਹੜੀ ਆ ਬਿਲਡਿੰਗਸ ਆਪਾਂ ਬਣਾ ਰਹੇ ਆ ਉੱਪਰ ਵਾਲੀਆਂ ਆਹ ਲਿਆ ਇਹ ਕੀ ਸ਼ੋ ਕਰਦੀਆਂ ਨੇ ਠੀਕ ਹੈ ਦੇਖੋ ਇਧਰਲੇ ਪਾਸੇ ਕੋਈ ਡਾਟਾ ਹੁੰਦਾ ਹੈ ਜੇ ਇਧਰਲੇ ਪਾਸੇ ਇਧਰਲੇ ਪਾਸੇ ਵੀ ਕੋਈ ਡਾਟਾ ਹੁੰਦਾ ਹੈ ਜਿਹੜਾ ਹਾਈਟ ਹੈ ਇਹ ਇਹ ਵਾਲੀ ਹਾਈਟ ਹੈ ਇਹ ਇਹ ਕੀ ਸ਼ੋ ਕਰਦੀ ਹੈ ਜਿਹੜੀ ਆ ਵਾਲੀ ਹਾਈਟ ਆਪਾਂ ਨੂੰ ਇਹ ਕੀ ਸ਼ੋ ਕਰਦੀ ਹੈ ਦੇਖੋ ਵਿਡਥ ਆਫ ਇਹ ਕਲਾਸ ਦੇਖੋ ਇਹ ਵਿਡਥ ਤਾਂ ਆਪਾਂ ਨੂੰ ਆ ਸ਼ੋ ਕਰਦੀ ਹੈ ਠੀਕ ਹੈ ਇਹ ਉੱਪਰ ਨੂੰ ਜਾ ਰਹੀ ਹੈ ਇਟ ਮੀਨਸ ਇਹ ਹਾਈਟ ਦੇ ਨਾਲ ਰਿਲੇਟਿਡ ਹੋਏਗੀ ਅਪਰ ਲਿਮਿਟ ਆਫ ਅ ਕਲਾਸ ਜਾਂ ਲੋਅਰ ਲਿਮਿਟ ਆਫ ਅ ਕਲਾਸ ਠੀਕ ਹੈ ਇਹ ਤਾਂ ਇਸ ਤੇ ਬੇਸ ਨਹੀਂ ਹੈਗੀ ਕਿਉਂਕਿ ਇਹ ਕੀ ਹੈ ਜਿਹੜੇ ਗਰੁੱਪਡ ਡਾਟਾ ਹੁੰਦਾ ਹੈ ਸਟੈਟਿਸਟਿਕਸ ਦੇ ਵਿੱਚ ਉਹਦੇ ਚ ਲੋਅਰ ਲਿਮਿਟ ਤੇ ਅਪਰ ਲਿਮਿਟ ਦੇ ਵਿੱਚ ਨਾਲ ਕੰਮ ਆਉਂਦਾ ਮੈਂ ਤੁਹਾਨੂੰ ਦੱਸ ਦਿੰਦਾ ਵੀ ਜਿਵੇਂ ਮੰਨ ਲਓ ਇਸ ਤੇ ਲਿਖਿਆ ਹੁੰਦਾ 40 42 50 ਦੇ ਵਿੱਚ ਕਿੰਨੇ ਸਟੂਡੈਂਟ ਨੇ ਮੰਨ ਲਓ 8 ਨੇ ਠੀਕ ਹੈ ਸੇਮ ਐਜ਼ ਇਟ ਇਜ਼ 50 ਤੋਂ 60 ਦੇ ਵਿੱਚ ਕਿੰਨੇ ਨੇ ਬਾਰਾਂ ਨੇ ਜਿਹੜੀ ਆ ਵਾਲੀ ਚੀਜ਼ ਦਿੱਤੀ ਹੁੰਦੀ ਇਹਨਾਂ ਨੂੰ ਆਪਾਂ ਲਿਮਿਟਸ ਬੋਲਦੇ ਹੁੰਦੇ ਆ ਠੀਕ ਹੈ ਜਿਹੜੀ ਸਭ ਤੋਂ ਛੋਟੀ ਵਾਲੀ ਹੁੰਦੀ ਹੈ ਇਹਨੂੰ ਲੋਅਰ ਲਿਮਿਟ ਬੋਲਦੇ ਆ ਜਿਹੜੀ ਵੱਡੀ ਵਾਲੀ ਹੁੰਦੀ ਹੈ ਇਹਨੂੰ ਅਪਰ ਲਿਮਿਟ ਬੋਲਦੇ ਆ ਤੇ ਸਾਚ ਜੀ ਵੀ ਆ ਵਾਲੀ ਹਾਈਟ ਕੀ ਚੀਜ਼ ਹੈ ਇਹ ਹਾਈਟ ਕੀ ਸ਼ੋ ਕਰਦੀ ਹੈ ਇੱਕ ਇਹ ਫ੍ਰੀਕਵੈਂਸੀ ਆਫ ਅ ਕਲਾਸ ਫਿਰ ਫ੍ਰੀਕਵੈਂਸੀ ਦਾ ਮਤਲਬ ਕੀ ਹੈ ਬਰਗ ਦੀ ਬਾਰੰਬਾਰਤਾ ਨੂੰ ਸ਼ੋ ਕਰਦੀ ਹੈ ਠੀਕ ਹੈ ਜੀ ਇਹ ਤਾਂ ਆਪਣਾ ਹੋ ਗਿਆ ਦੇਖੋ ਹਿਸਟੋਗ੍ਰਾਮ ਹਾਂਜੀ ਇੱਕ ਹੁੰਦਾ ਆਪਣੇ ਕੋਲ ਬਾਰ ਕਰ ਬਾਰ ਗ੍ਰਾਫ ਦੇ ਵਿੱਚ ਕੀ ਕੀ ਡਿਫਰੈਂਸ ਹੁੰਦਾ ਹਿਸਟੋਗ੍ਰਾਮ ਤੇ ਬਾਰ ਗ੍ਰਾਫ ਦੇ ਵਿੱਚ ਡਿਫਰੈਂਸ ਕੀ ਹੈ ਠੀਕ ਹੈ ਇਹਦੇ ਵਿੱਚ ਕੀ ਹੁੰਦਾ ਗੈਪ ਹੁੰਦਾ ਜਿਹੜੀਆਂ ਬਿਲਡਿੰਗਸ ਹੁੰਦੀਆਂ ਨੇ ਇਹਦੇ ਵਿੱਚ ਇੱਕ ਫਿਕਸਡ ਗੈਪ ਹੁੰਦਾ ਠੀਕ ਹੈ ਇਹਨਾਂ ਦੇ ਵਿੱਚ ਕਰ ਵਾਲਾ ਇੱਕ ਫਿਕਸ ਗੈਪ ਹੁੰਦਾ ਦੇਖੋ ਹਿਸਟੋਗ੍ਰਾਮ ਵਿੱਚ ਗੈਪ ਨਹੀਂ ਹੁੰਦਾ ਇਹ ਨਾਲ ਨਾਲ ਇਸ ਤਰ੍ਹਾਂ ਬਿਲਡਿੰਗਸ ਬਣੀਆਂ ਹੁੰਦੀਆਂ ਨੇ ਐਵੇਂ ਕਰਕੇ ਠੀਕ ਹੈ ਇਹਨਾਂ ਦੇ ਵਿੱਚ ਘਰ ਗੈਪ ਨਹੀਂ ਹੁੰਦਾ ਇਹ ਹਿਸਟੋਗ੍ਰਾਮ ਹੈ ਇਹ ਬਾਰ ਗ੍ਰਾਫ ਹੈ ਜੇ ਦੋਨਾਂ ਤੇ ਆਜਨੇ ਵੀ ਜਿਹੜੇ ਇਹਨਾਂ ਰੈਕਟੈਂਗੂਲਰ ਹਾਈਟ ਹੈ ठीक है वो तो की शो कर दिया नहीं दोनों दोन दार आंसर की रहेगा फ्रीकुएसी ऑफ ए क्लास ओके चल दिया नैक्स क्वेश्चन पर जी हाँ जी ये देखो बड़ा अच्छा क्वेश्चन क्वेश्चन की सिर्फ एक वर्डिंग न अच्छे तरीके पढ़ना ठीक है क्वेश्चन देखो की सी फोर स्टूडेंट लुक एट द डिश इन ए मेन्यू क्या चार डिशिज़ ने अपा डिशिज वन बना लें डिशिज वन टू थ्री फोर ओके ਇਹ ਵਿੱਚ ਦੇਖੋ ਕੀ ਕਹਿੰਦਾ ਐਮਈ ਸੇਜ਼ ਆਪਾਂ ਕਹਿਦੇ ਨੇ ਵੀ ਜਿਹੜਾ ਐਮਈ ਹੈ ਐਮਈ ਕੀ ਕਹਿੰਦਾ ਐਮਈ ਸੇ 1 ਆਊਟ ਆਫ 4 ਡਿਸ਼ਸ ਇਜ਼ ਮੇਡ ਆਫ ਅ ਪੋਟੈਟੋ ਕਹਿੰਦਾ ਵੀ ਇੱਕ ਹੀ ਕਹਿੰਦਾ ਪੋਟੈਟੋ ਕਿੰਨੀਆਂ ਬਣੀ ਹੋਈਆਂ ਨੇ ਚਾਰਾਂ ਦੇ ਵਿੱਚੋਂ ਇੱਕ ਮੀਨ ਟੋਟਲ ਆਪਣੇ ਕੋਲ ਚਾਰ ਨੇ ਚਾਰਾਂ ਦੇ ਵਿੱਚੋਂ ਇੱਕ ਵਾਲੀ ਕੀ ਹੈ ਪੋਟੈਟੋ ਵਾਲੀ ਬਣੀ ਹੋਈ ਹੈ ਠੀਕ ਹੈ ਜੀ ਸੇਮ ਐਜ਼ ਇਟ ਇਜ਼ ਇੱਥੇ ਆਪਾਂ ਰੋਹਨ ਦੀ ਪੜ੍ਹ ਲੈਣੇ ਆ ਐਮਈ ਸੀ ਇਹ ਆਪਾਂ ਰੋਹਨ ਦੀ ਪੜ੍ਹ ਲੈਣੇ ਰੋਹਨ ਸੇਜ਼ 25% ਆਫ ਡਿਸ਼ਸ ਮੇਡ ਫਰੋਮ ਅਮ ਪੋਟੈਟੋ ਦੇਖੋ ਇਹ ਕੀ ਕਹਿੰਦਾ ਪੋਟੈਟੋ ਕਿੰਨੇ ਹੈ 25% ਦੇਖੋ 25 ਪਰਸੈਂਟ ਇਹਦਾ ਪਰਸੈਂਟੇਜ ਹਟਾ ਕੇ ਆਪਾਂ ਕੀ ਲਗਾ ਸਕਦੇ ਆ ਨੀਚੇ ਅੰਡਰ ਲਗਾ ਦਿਓ ਠੀਕ ਹੈ ਜੀ ਤਾਂ ਇਹਨੂੰ ਕਟਿੰਗ ਕਰਨ ਤੋਂ ਬਾਅਦ ਪੋਟੈਟੋ ਦਾ ਕਿੰਨਾ ਆ ਜਾਏਗਾ ਪਦੇ ਕੋ 25 1 25 25 ਚੋਕਾ 100 ਇਹਦਾ ਕਹਿਣ ਦਾ ਮਤਲਬ ਵੀ ਚਾਰਾਂ ਦੇ ਵਿੱਚੋਂ ਇੱਕ ਕੀ ਆ ਪੋਟੈਟੋ ਦਾ ਬਣਿਆ ਹੋਇਆ ਠੀਕ ਹੈ ਉਸ ਤੋਂ ਬਾਅਦ ਦੇਖੋ ਅੱਗੇ ਕੀ ਹੈ ਸਾਰਾ ਸੇਜ਼ 1/4th ਆਫ ਡਿਸ਼ਸ ਮੇਡ ਫਰੋ ਪੋਟੈਟੋ ਦੇਖੋ ਇਥੋਂ ਸਾਰਾ ਇਹਨੇ ਕਿਹਾ 1/4 1/4 ਨੂੰ ਆਪਾਂ ਕੀ ਲਿਖਦੇ ਆ 1/4 ਠੀਕ ਹੈ ਇਹਦਾ ਕਹਿਣ ਦਾ ਮਤਲਬ ਵੀ ਚਾਰਾਂ ਦੇ ਵਿੱਚੋਂ ਇੱਕ ਜਿਹੜੀ ਡਿਸ਼ ਆ ਉਹ ਕਾਦੀ ਬਣੀ ਹੋਈ ਆ ਪੋਟੈਟੋ ਦੀ ਬਣੀ ਹੋਈ ਆ ਓਕੇ ਉਸ ਤੋਂ ਬਾਅਦ ਦੇਖੋ ਕੀ ਕਹਿੰਦਾ ਪੀਟਰ ਸੇਜ਼ ਹਾਫ ਆਫ ਦਾ ਡਿਸ਼ਸ ਪੀਟਰ ਦਾ ਕੀ ਕਹਿਣਾ ਕਹਿੰਦਾ ਜਿਹੜੀ ਹਾਫ ਨੇ ਉਹ ਕੀ ਆ ਕਾਦੀ ਬਣੀ ਹੋਈ ਨੇ ਪੋਟੈਟੋ ਦੇ ਹਾਫ ਨੂੰ ਕੀ ਮੈਂ ਲਿਖਦੇ ਆ ਆਪਾਂ 1/2 1/2 ਇਹਦੀ ਅਸਲ ਕੀਤੀ 1/2 ਇਹ ਅਸਲ ਵਿੱਚ ਆਉਣਾ ਕਿਵੇਂ ਆ ਇਹਦਾ ਕਹਿਣ ਦਾ ਮਤਲਬ ਵੀ ਚਾਰਾਂ ਦੇ ਵਿੱਚੋਂ ਹਾਫ ਹਾਫ ਦਾ ਮਤਲਬ ਕਿ ਚਾਰਾਂ ਦੇ ਵਿੱਚੋਂ ਦੋ ਡਿਸ਼ੇਸ ਨੇ ਕਾਦੀਆਂ ਹੋ ਪੋਟੈਟੋ ਦੀ ਬਣੀ ਹੋਈਆਂ ਨੇ ਜੇ ਆਪਾਂ ਇਹਨਾਂ ਨੂੰ ਕੈਨਸਲ ਆਊਟ ਕਰਾਂਗੇ ਤਾਂ ਅਨਸਰ ਕੀ ਆ ਜਾਈਗਾ 1/2 ਉਹ ਹੀ ਆਪਾਂ ਲਿਖਿਆ ਸੀ ਡਾਇਰੈਕਟ 1/2 ਕਿੰਨੇ ਜਿਹੜੀ ਅਧੀਆਂ ਡਿਸ਼ੇਸ ਨੇ ਉਹ ਪੋਟੈਟੋਸ ਦੀ ਬਣੀ ਹੋਈਆਂ ਹੁਣ ਦੇਖੋ ਇਹ ਵੀ ਗੱਲ ਸੇਮ ਗੱਲ ਕਹਿ ਰਿਹਾ ਠੀਕ ਹੈ ਦੇਖੋ ਐਮ ਵੀ ਸੇਮ ਗੱਲ ਕਹਿ ਰਿਹਾ ਤੇ ਜੋ ਰੋਹਨ ਹੈ ਉਹ ਵੀ ਸੇਮ ਗੱਲ ਕਹਿ ਰਿਹਾ ਤੇ ਜਿਹੜੀ ਸਾਰਾ ਉਹ ਵੀ ਸੇਮ ਗੱਲ ਹੈ ਦੇਖੋ ਤਿੰਨਾਂ ਦੇ ਅਨਸਰ ਕੀ ਆ ਰਹੇ ਆ ਸੇਮ ਆ ਰਹੇ ਆ 1 1/4 1/4 ਠੀਕ ਹੈ ਉਨਾ ਕੁਸ਼ਨ ਦੇਖੋ ਕੀ ਸੀ ਵਿਚ ਸਟੂਡੈਂਟ ਡਿਸਐਗਰੀ ਵਿਦ ਅਦਰ ਕਹਿੰਦਾ ਉਹ ਜਿਹੜਾ ਬਾਕੀਆਂ ਨਾਲੋਂ ਕੀ ਹੈ ਜਿਹੜਾ ਸਹਿਮਤੀ ਨਹੀਂ ਜਿਤਾਉਂਦਾ ਉਹ ਕੀ ਹੈ ਉਹ ਕਿਹੜਾ ਉਹਦਾ ਨਾਮ ਦੱਸਣਾ ਮੀਨ ਕਿਹੜਾ ਵਿਦਿਆਰਥੀ ਸਹਿਮਤ ਨਹੀਂ ਹੈ ਦੇਖੋ ਆ ਤਿੰਨ ਤਾਂ ਹੈਗੇ ਨੇ ਦੇਖੋ ਆ ਵਾਲਾ ਠੀਕ ਹੈ ਪਾਥੇ ਚੈੱਕ ਕਰਦੇ ਹਾਂ ਦੇਖੋ ਆਹ ਵਾਲੇ ਤਿੰਨੇ ਤਾਂ ਸੇਮ ਨੇ ਦੇਖੋ ਐਮੀ ਵੀ ਸੇਮ ਹੈ ਰੋਹਨ ਦਾ ਵੀ ਆਨਸਰ ਸੇਮ ਹੈ ਸਾਰਾ ਦਾ ਵੀ ਆਨਸਰ ਸੇਮ ਹੈ ਕੌਣ ਚੇਂਜ ਕੌਣ ਆ ਰਿਹਾ ਜਿਹੜਾ ਪੀਟਰ ਹੈ ਠੀਕ ਹੈ ਪੀਟਰ ਇਹਨਾਂ ਦੇ ਵਿੱਚੋਂ ਕੀ ਆ ਗਿਆ ਆਨਸਰ ਜਿਹੜਾ ਕੀ ਹੈ ਪੀਟਰ ਇਹਨਾਂ ਦੇ ਵਿੱਚੋਂ ਕੀ ਹੈ ਅਲੱਗ ਜਿਹੜਾ ਇਹਨਾਂ ਨਾਲ डिसग्री हो चलते नैक्सट क्वेश्चन थे जी हाँ जी इफ नैक्सट क्वेश्चन देखो की है बड़ा अच्छा क्वेश्चन है इफ द साइड ऑफ क्यूब आर हाफड इट्स वॉल्यूम विल बी ठीक है देखो सब तो पहले तो आप जी क्यूब है क्यूब किस तरह का होंगे जिंद सारी साइड्स के सेम होंगे फेस भी की होंगे ने सेम होंगे ठीक है ये अपने कोूब आ गया क्यूब की जी साइड आप उसकी मान लिया आपको की मान लिया आप x ਠੀਕ ਹੈ ਸਾਈਡ ਨੂੰ ਕੀ ਮੰਨ ਲਿਆ ਆਪਾਂ x ਹੁਣ ਜੇ ਆਪਾਂ ਇਹਦੀ ਵੋਲੀਅਮ ਕੱਢੀ ਜਾਏ ਤਾਂ ਵੋਲੀਅਮ ਕੀ ਹੋ ਜੇਗੀ ਇਹਦੀ ਠੀਕ ਹੈ ਤਾਂ ਇਹਦੀ ਵੋਲੀਅਮ ਵੋਲੀਅਮ ਦਾ ਫਾਰਮੂਲਾ ਕੀ ਹੁੰਦਾ ਸਾਈਡ ਇੰਟੂ ਸਾਈਡ ਇੰਟੂ ਸਾਈਡ ਤਾਂ ਅਨਸਰ ਕੀ ਆ ਜਾਏਗਾ x 큐ਬ ਜੇ ਆਪਾਂ ਸਿੱਧਾ ਯਾਦ ਕਰਨਾ ਹੋਵੇ ਤਾਂ ਵੋਲੀਅਮ ਦਾ ਫਾਰਮੂਲਾ ਕੀ ਹੁੰਦਾ ਸਾਈਡ ਦਾ 큐ਬ ਠੀਕ ਹੈ ਜੀ ਹੁਣ ਆਪਾਂ ਇਹਦੇ ਅਕੋਰਡਿੰਗ ਚੱਲਦੇ ਆਂ ਇਫ ਦਾ ਸਾਈਡ ਆਫ ਦਾ ਕਯੂਬ ਇਜ਼ ਹਾਫ ਕਹਿੰਦੇ ਜੇ ਆਪਾਂ ਉਹਦੀ ਸਾਈਡ ਨੂੰ ਕੀ ਕਰ ਦਨੇ ਆਂ ਵੀਡੀਓ ਦੀ ਸਾਈਡ ਹੈ ਇੱਥੇ ਦੇਖੋ ਸਾਈਡ ਨੂੰ ਕੀ ਕਰਤਾ ਆਪਾਂ ਹਾਫ ਮੀਨਸ ਅੱਧੀ ਕਰਤੀ ਠੀਕ ਹੈ ਤਾਂ ਕੀ ਕਹਿੰਦਾ ਇਟਸ volumes will become ড্যাশ টাইম অফ origignal value ਆ origignal ਜਿਹੜੀ volume ਆ ਸਿੱਗੀ ਉਹਦੀ origignal volume ਠੀਕ ਹੈ ਜਦੋਂ ਆਪਾਂ ਉਹਦੀ ਸਾਈਡ ਨੂੰ ਹਾਫ ਕਰਤਾ ਤਾਂ ਉਹਦੇ volume ਆਪਣੇ ਕੋਲ ਕੀ ਬਣ ਗਈ ਤਾਂ ਉਹਦਾ ਫਾਰਮੂਲਾ ਕੀ ਸੀ volume ਦਾ কিਊਬ ਠੀਕ ਹੈ ਤਾਂ x³ 2³ ਕਿੰਨਾ ਹੋ ਜਾਏਗਾ 8 ਮੀਨਸ 2 ਆ ਗਿਆ x³ 8 ਠੀਕ ਹੈ ਹੁਣ ਆਪਾਂ ਇਹਨਾਂ ਦਾ ਚੈੱਕ ਕਰਨਾ ਹੈ ਇਹਨਾਂ ਨੂੰ ਕੰਪੈਰੀਜ਼ਨ ਕਰਨਾ ਵੀ ਕੀ ਹੈ ਹਾਂਜੀ ਹੁਣ ਦੋਨਾਂ ਨੂੰ ਕੰਪੈਰੀਜ਼ਨ ਕਰੋ ਦੇਖੋ ਆ ਸੀਗਾ ਆਪਣੇ ਕੋਲ ਆਪਾਂ ਇਹਨੂੰ ਹਾਈਲਾਈਟ ਕਰ ਲੈਨੇ ਆ ਠੀਕ ਹੈ ਦੇਖੋ ਆ ਸੀ ਆਪਣੇ ਕੋਲ ओरिजिनल ਇਹ ਸੀਗਾ ਆਪਣੇ ਕੋਲ ओरिजिनल ਵੋਲੀਅਮ ਠੀਕ ਹੈ ਇਹ ਆਪਣਾ ਇਹ ਆ ਗਈ ਉਹਦੋਂ ਜਦੋਂ ਆਪਾਂ ਵੋਲੀਅਮ ਨੂੰ ਕੀ ਕਰ ਸਾਈਡ ਨੂੰ ਕੀ ਕਰਤਾ ਆਪਾਂ ਹਾਫ ਕਰਤਾ ਹੁਣ ਤੁਸੀਂ ਦੋਨਾਂ ਦੇ ਵਿੱਚ ਇੱਕ ਕੰਪੈ ਦੋਨਾਂ ਦੇ ਵਿੱਚ ਕੀ ਕਰੋ ਇੱਕ ਰਿਲੇਸ਼ਨ ਦੇਖੋ ਕੀ ਬਣਦਾ ਪਿਆ ਦੇਖੋ ਜਿਹੜੀ ओरिजिनल ਵੋਲੀਅਮ ਜੀ ਹੋ ਚੁੱਕੀ ਇਹ जो तो जो साइड में आप हाफ करता तो उदो वॉल्यूम कि होगी वन बाय ऐट मीनज थ्री एक्स क्यू बाय ऐट मीनज़ ओरिजिनल वोल्यूम का कि हो गया वन एट वन एट पार्ट हो गया था. ठीक है सर आंसर है अपने कोल वन बाय ऐट मीनज़ वो की है ओरीजनल वोल्यूम का वन एटथ पार्ट हो गया जो आपता करता, हाफ करता है. ठीक है जी सो यह बड़ा ईजी क्वेश्चन ਥੋੜਾ ਅੱਛਾ ਕੁਐਸਚਨ ਸੀ ਥੋੜਾ ਇਹਨੂੰ ਕਨਸੈਪਟ ਵਾਈਜ਼ ਜਿੰਨਾ ਤੁਸੀਂ ਕਨਸੈਪਟ ਆਪਣਾ ਅੱਛਾ ਕਰ ਸਕਦੇ ਹੋ ਉਹਨਾਂ ਕਰ ਲਓ। ਰੈਦਰਰ ਦੈਨ ਤੁਸੀਂ ਅਲੱਗ-ਅਲੱਗ ਬੁੱਕਸ ਦੇ ਉੱਤੇ ਭੱਜਣ ਨਾਲ ਨਾ ਤੁਸੀਂ ਕੀ ਕਰੋ? ਸਿੰਪਲ ਐਨਸੀਆਰਟੀ ਦੀ ਬੁੱਕਸ ਚੱਕੋ ਉਹਨਾਂ ਤੋਂ ਆਪਣੇ ਕਨਸੈਪਟ ਕਲੀਅਰ ਕਰੋ। ਉਸ ਤੋਂ ਬਾਅਦ ਜਿਹੜੇ ਤੁਹਾਡੇ ਪੀਐਸ ਟੈਟ ਦੇ ਜੋ ਪ੍ਰੈਕਟਿਸ ਸੈਟ ਨੇ ਉਹਨਾਂ ਨੂੰ ਜੇ ਪ੍ਰੀਵੀਅਸ ইয়ার ਨੇ ਉਹਨਾਂ ਨੂੰ ਬਾਅਦ ਤੋਂ ਬਾਅਦ ਸੋਲਵ ਕਰੋ। ਠੀਕ ਹੈ? ਇੰਨਾ ਸਫੀਸ਼ੀਐਂਟ ਹੈ ਤੁਹਾਡਾ ਪੀਐਸ ਟੈਟ ਪਹਿਲੀ ਵਾਰ ਚ ਹੀ ਕਲੀਅਰ ਹੋ ਜਾਏਗਾ। ਓਕੇ ਚੱਲਦੇ ਆ ਨੈਕਸਟ ਕੁਐਸਚਨ ਤੇ ਜੀ। ਹਾਂਜੀ ਇਹ ਦੇਖੋ ਸੀਕੁਐਂਸ ਐਂਡ ਸੀਰੀਜ਼ ਦਾ ਇੱਕ ਕੁਐਸਚਨ ਜ਼ਰੂਰ ਆਉਂਦਾ ਹੀ ਹੁੰਦਾ ਹੈ ਦੇਖੋ ਕੰਪਲੀਟ ਦਾ ਪੈਟਰਨ ਹੈ ਪੈਟਰਨ ਦੇਖੋ ਪਤਾ ਕਰਨਾ 1 ਕੀ ਅਸਲ ਦੇ ਵਿੱਚ ਜੇ ਇਹਨਾਂ ਲਿਖਿਆ ਜਾਵੇ ਤਾਂ ਕੀ ਲਿਖਿਆ 1 ਦਾ ਸਕੁਅਰ ਲਿਖਿਆ ਜਾ ਸਕਦਾ ਇਹਨੂੰ ਕੀ ਲਿਖਿਆ ਜਾ ਸਕਦਾ 2 ਦਾ ਸਕੁਅਰ 9 ਨੂੰ ਕੀ ਲਿਖਿਆ ਜਾ ਸਕਦਾ 3 ਦਾ ਸਕੁਅਰ 4 ਨੂੰ ਕੀ 16 ਨੂੰ ਕੀ ਲਿਖਿਆ ਜਾ ਸਕਦਾ 4 ਦਾ ਸਕੁਅਰ 5 ਨੂੰ 25 ਦਾ ਕੀ ਲਿਖਿਆ ਜਾ ਸਕਦਾ 5 ਦਾ ਸਕੁਅਰ ਤੇ 36 ਦਾ ਕੀ ਲਿਖਿਆ ਜਾ ਸਕਦਾ 6 ਦਾ ਸਕੁਅਰ ਦੇਖੋ ਇੱਕ ਸੀਰੀ ਚੱਲ ਰਹੀ ਹੈ ਦੇਖੋ 1 ਦਾ ਸਕੁਅਰ 2 ਦਾ ਸਕੁਅਰ 3 ਦਾ ਸਕੁਅਰ 4 ਦਾ ਸਕੁਅਰ 5 ਦਾ 6 ਦਾ ਫਿਰ ਅੱਗੇ ਕੀ ਆਊਗਾ 7 ਦਾ ਸਕੁਅਰ 7 ਦਾ ਸਕੁਅਰ ਕਿੰਨਾ ਹੁੰਦਾ 49 ਸੋ ਆਪਣਾ ਸਿੰਪਲ ਜਿਹਾ ਕੁਐਸਚਨ ਸੀ ਇਹਦਾ ਆਨਸਰ ਕੀ ਹੈ ਜੀ 49 ਚੱਲਦੇ ਨੇਕਸਟ ਕੁਐਸਚਨ ਦੇ ਹਾਂਜੀ ਇਹ ਕੁਐਸਚਨ ਦੇਖੋ ਬੜੇ ਅੱਛੇ ਕੁਐਸਚਨ ਸੀਗੇ ਇਹ ਥੋੜੀ ਥੋੜੇ ਮੈਥ ਦੀ ਪੈਡਾਗੋਜੀ ਦੇ ਨਾਲ ਰਿਲੇਟਡ ਕੁਐਸਚਨ ਨੇ ਬੜਾ ਅੱਛਾ ਕੁਐਸਚਨ ਸੀ ਥੋੜਾ ਸੋਚਣ ਸਮਝਣ ਵਾਲਾ ਠੀਕ ਹੈ ਦੇਖੋ ਜੇ ਤੁਸੀਂ ਸੀਡੀਪੀ ਦੇ ਨਾਲ ਨਾਲ ਪੈਡਾਗੋਜੀ ਵੀ ਅੱਛੇ ਤਰੀਕੇ ਨਾਲ ਦੋਨਾਂ ਨੂੰ ਰੀਲੇਟ ਕਰਕੇ ਪੜ੍ਹ ਰਹੇ ਹੋ ਨਾ ਤਾਂ ਪੈਡਾਗੋਜੀ ਤੁਹਾਨੂੰ ਬੜੇ ਆਸਾਨੀ ਤਰੀਕੇ ਨਾਲ ਕੀ ਯਾਦ ਹੋ ਜਾਏਗੀ ਠੀਕ ਹੈ ਜੀ ਅੱਛੇ ਅੱਛੇ ਤਰੀਕੇ ਨਾਲ ਤੁਹਾਡੀ ਅੰਡਰਸਟੈਂਡਿੰਗ ਬਣ ਜੇਗੀ ਉਹਦੇ ਚ ਇਸ ਦੇ ਵਿੱਚ ਦੇਖੋ ਕੀ ਕਰਦਾ ਉਹਨਾਂ ਨੇ ਕੁਐਸਚਨ ਕੀ ਪੁੱਛਿਆ ਹਾਊ ਕੈਨ ਅ ਟੀਚਰ ਹੈਲਪ ਅ ਸਟੂਡੈਂਟ ਟੂ ਜਨਰਲਾਈਜ਼ ਟੂ ਜਨਰਲਾਈਜ਼ ਦਾ ਮੈਥਮੈਟਿਕਲੀ ਐਕਸਪੀਰੀਅੰਸ ਮੀਨਸ ਕੀ ਕਰਦਾ ਵੀ ਜਿਹੜਾ ਇੱਕ ਬੱਚਾ ਮੈਥ ਕਰ ਰਿਹਾ ਜਦੋਂ ਹੈਨਾ ਕੋਈ ਮੈਥ ਦੇ ਕੁਐਸਚਨਸ ਸੋਲਵ ਕਰ ਰਿਹਾ ਉਸ ਨੂੰ ਜੋ ਉਹਦਾ ਮੈਥ ਮੈਥ ਨੂੰ ਲੈ ਕੇ ਐਕਸਪੀਰੀਅੰਸ ਹੈ ਠੀਕ ਹੈ ਉਹ ਇੱਕ ਟੀਚਰ ਉਸ ਸਟੂਡੈਂਟ ਦੀ ਕਿਵੇਂ ਹੈਲਪ ਕਰ ਸਕਦਾ ਹੈ ਓਕੇ ਜਬ ਆ ਪੰਜਾਬੀ ਦੇ ਵਿੱਚ ਪੜ੍ਹੀਏ ਤਾਂ ਕੀ ਕਿਹਾ ਬੱਚਿਆਂ ਦੀ ਇੱਕ ਬੱਚਿਆਂ ਦੀ ਅਧਿਆਪਕ ਕਿਵੇਂ ਮਦਦ ਕਰ ਸਕਦਾ ਹੈ ਕਿ ਉਹ ਹਿਸਾਬ ਦੇ ਤਜਰਬੇ ਨੂੰ ਸੁਧਾਰਨ ਤੀਏ ਕਰਨਾ ਸਿੱਖ ਸਕੇ ਮੀਨਸ ਕੀ ਕਰਨਾ ਉਹਨੂੰ ਜਿਹੜਾ ਉਹਨੇ ਮੈਥ ਦੇ ਰਿਲੇਟਿਡ ਜਾਂ ਮੈਥ ਕਰਦੇ ਸਮੇਂ ਜੋ ਉਹਨੂੰ ਐਕਸਪੀਰੀਅੰਸ ਹੋਇਆ ਇੱਕ ਅਧਿਆਪਕ ਉਹਨੂੰ ਕੀ ਹੈ ਕਿਵੇਂ ਜਨਰਲਾਈਜ਼ ਕਰੇ ਉਹਨੂੰ ਅੱਗੇ ਕਿਵੇਂ ਵਧਾਵੇ ਠੀਕ ਹੈ ਇਹਦੇ ਸਿੰਪਲ ਜਿਹਾ ਦੇਖੋ ਪਹਿਲੀ ਆਪਸ਼ਨ ਪੜ੍ਹਦੇ ਹਾਂ ਇਕੋ ਜੇ ਨਿਯਮ ਦੀ ਪਛਾਣ ਮੀਨ ਜਿਹੜੇ ਮੰਨ ਲਓ ਨੇ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਕੀਤਾ ਮੈਥ ਨੂੰ ਲੈ ਕੇ ਉਹਨਾਂ ਦੇ ਰਿਲੇਟਿਡ ਜਿਹੇ ਜਿੰਨੇ ਵੀ ਨਿਯਮ ਸਨ ਜਾਂ ਰੂਲ ਰੈਗੂਲੇਸ਼ਨਸ ਨੇ ਉਹਨਾਂ ਨੂੰ ਪਛਾਣੇ ਨਕਲ ਕਰੇ ਦੇਖੋ ਮੈਥ ਦੇ ਵਿੱਚ ਕਿ ਕਦੇ ਵੀ ਨਕਲ ਕਰਨ ਵਾਲਾ ਕੰਮ ਨਹੀਂ ਕਰਨਾ ਚਾਹੀਦਾ ਠੀਕ ਹੈ ਤਾਂ ਇਹ ਤਾਂ ਡਾਇਰੈਕਟਲੀ ਤੁਸੀਂ ਇੱਥੇ ਇਗਨੋਰ ਕਰ ਦੋ ਠੀਕ ਹੈ ਤਾਂ ਇਹ ਕੰਮ ਆ ਮੈਥ ਦੇ ਵਿੱਚ ਕੀ ਹੈ ਨਕਲ ਕਰਨ ਵਾਲਾ ਕੰਮ ਨਹੀਂ ਹੈ ਠੀਕ ਹੈ ਸਬਜਣ ਵਾਲਾ ਤੇ ਉਸ ਨੂੰ ਕੀ ਇੰਪਲੀਮੈਂਟ ਕਰਨ ਵਾਲਾ ਤਾਂ ਆਪਸ਼ਨ ਏ ਤਾਂ ਆਪਣਾ ਇੱਥੇ ਗਲਤ ਹੋ ਗਿਆ ਠੀਕ ਹੈ ਉਸ ਤੋਂ ਬਾਅਦ ਦੇਖੋ ਇਕੋ ਜੇ ਨਿਯਮਾਂ ਦੀ ਪਛਾਣ ਖੋਜਬੀਨ ਕਰਨਾ ਉਹਨਾਂ ਨੂੰ ਸਭ ਦੇ ਸਾਹਮਣੇ ਸਮਾਨੀਨਤਾ ਕਰਨਾ ਤੇ ਵਿਚਾਰ ਜੋੜਨਾ ਤੇ ਕੀ ਹੈ ਜੀ ਵਿਚਾਰ ਜੋੜਨਾ ਦੇਖੋ ਇਸ ਨੂੰ ਕੀ ਮੈਂ ਇਹਦੇ ਵਿੱਚ ਆਪਾਂ ਆਪਸ਼ਨ ਨੂੰ ਕੀ ਮੈਂ ਐਲੀਮੀਨੇਟ ਕਰ ਸਕਦੇ ਹਾਂ ਠੀਕ ਹੈ ਇੱਕ ਇਹਦਾ ਕਹਿਣਾ ਮਤਲਬ ਕੀ ਹੈ ਦੇਖੋ ਬਹੁਤ ਹੱਦ ਤੱਕ ਇਹ ਕੁਸ਼ਣ ਜਿਹੜਾ ਆਨਸਰ ਕੀ ਆਪਣਾ ਆਨਸਰ ਹੋ ਸਕਦਾ ਹੈ ਕੀ ਕਹਿੰਦਾ ਇੱਕੋ ਜਿਹੇ ਨਿਯਮ ਨੂੰ ਪਹਿਚਾਨਣਾ ਖੋਜਬੀਨ ਕਰਨਾ ਉਹਨਾਂ ਨੂੰ ਸਭ ਦੇ ਸਾਹਮਣੇ ਸਮਾਨੀਨ ਸਮਾਨਤਾ ਜਨਰਲਾਈਜ਼ ਕਰਨਾ ਤੇ ਬਾਤ ਕੀ ਉਹਨਾਂ ਨੂੰ ਵਿਚਾਰ ਜੋੜਨਾ ਠੀਕ ਹੈ ਦੇਖੋ ਇਹ ਇਹ ਮੇਬੀ ਆਪਣਾ অপਸ਼ਨ ਬੀ ਜਿਹੜਾ ਅਨਸਰ ਹੋ ਸਕਦਾ ਹੈ ਉਸ ਤੋਂ ਬਾਅਦ ਦੇਖੋ ਵਿਚਾਰ ਜੋੜਨਾ ਸੁਧਾਰਨੇ ਨਿਯਮਾਂ ਦੀ ਪਛਾਣ ਖੋਜਬੀਨ ਕਰਨਾ ਸੁਧਾਰਨੇ ਨਿਯਮਾਂ ਨੂੰ ਪੇਸ਼ ਕਰਨਾ ਠੀਕ ਹੈ ਇਹ ਪੈਡਾਗੋਜੀ ਦੇ ਅਕੋਰਡਿੰਗ ਕੀ ਹੈ ਇਹ ਵੀ ਆਪਾਂ ਚੈੱਕ ਕਰਾਂਗੇ ਜਿਹੜੀ ਅਸਲ ਦੇ ਵਿੱਚ ਮੈਥਮੈਟਿਕ ਦੇ ਵਿੱਚ ਪੈਡਾਗੋਜੀ ਹੁੰਦੀ ਹੈ ਉਹ ਕਿਵੇਂ ਹੁੰਦੀ ਹੈ ਦੇਖੋ ਸਭ ਤੋਂ ਪਹਿਲਾਂ ਕਿ ਇੱਕ ਬੱਚਾ ਕੀ ਕਰਦਾ ਹੈ ਖੋਜਬੀਨ ਕਰਦਾ ਹੈ ਕੀ ਕਰਦਾ ਇਨਵੈਸਟੀਗੇਟਿੰਗ ਕਰਦਾ ਹੈ ਮੀਨਸ ਕੁਐਸਚਨ ਨੂੰ ਚੰਗੇ ਤਰੀਕੇ ਨਾਲ ਸਮਝਦਾ ਹੈ ਅੰਡਰਸਟੈਂਡਿੰਗ ਬਣਾਉਂਦਾ ਉਸ ਤੋਂ ਬਾਅਦ ਕਿ ਆਇਡੈਂਟੀਫਾਈਂਗ ਕਾਮਨ ਰੂਲਸ ਜਦੋਂ ਮੰਨ ਲਓ ਇੱਕ ਇੱਕ ਕੁਐਸਚਨ ਕਰਨ ਤੋਂ ਬਾਅਦ ਜਦੋਂ ਆਪਾਂ ਦੂਜੇ ਕੁਐਸਚਨ ਦੇ ਵਿੱਚ ਚੱਲਦੇ ਆ ਦੂਜਾ ਕੁਐਸਚਨ ਕੀ ਹੈ ਪਹਿਲੇ ਕੁਐਸਚਨ ਦੇ ਵਿੱਚ ਜਿਹੜੇ ਆਪਾਂ ਹੈਲਪ ਇਨਫੋਰਮੇਸ਼ਨ ਹੁੰਦੀ ਉਹ ਦੂਜੇ ਕੁਐਸਚਨ ਨੂੰ ਕੀ ਹੈ ਬੜਾਵਾ ਦਿੰਦੀ ਉਹਨਾਂ ਕੀ ਹੈ ਹੋਰ ਨਾ ਕੁਐਸਚਨਸ ਨੂੰ ਕੀ ਕਰਦੇ ਆ ਸੋਲਵ ਕਰਨ ਦੇ ਵਿੱਚ ਆਪਣੀ ਹੈਲਪ ਕਰਦੇ ਆ ਠੀਕ ਹੈ ਉਸ ਤੋਂ ਬਾਅਦ ਕੀ ਲਿਖਿਆ ਦੇਖੋ ਐਕਸਟੈਂਡਿੰਗ ਦਾ ਕਾਮਨ ਰੂਲਸ ਟੂ ਜਨਰਲਾਈਜ਼ ਉਸ ਤੋਂ ਉਸ ਤੋਂ ਬਾਅਦ ਜਿਹੜੇ ਰੂਲ ਰੈਗੂਲੇਸ਼ਨਸ ਨੇ ਜਿਹੜਾ ਕੁਐਸਚਨਸ ਨੂੰ ਕਰਨ ਦੇ ਵਿੱਚ ਹੈਲਪ ਕਰ ਠੀਕ ਹੈ ਸਾਰੇ ਸਾਹਮਣੇ ਕੀ ਹੈ ਪੇਸ਼ ਕਰਨੇ ਪੇਸ਼ ਕਿਵੇਂ ਕਰੂਗਾ ਮਾਲਵੇ ਕਿ ਮਾਲ ਨੂੰ ਟੀਚਰਸ ਨੇ ਕੁਐਸਚਨ ਦਿੱਤੇ ਹਨਾ ਬੁੱਕ ਤੋਂ ਅਲੱਗ हटके ਵੀ ਕੁਐਸਚਨ ਦੇਤੇ ਉਹ ਕੀ ਹੈ ਜਿਹਨੂੰ ਜਿਸ ਜਿਹੜੀ ਉਸਨੇ ਨੌਲੇਜ ਗੇਨ ਕਰ ਚੁੱਕਿਆ ਹੈ ਮੈਥਮੈਟਿਕ ਦੇ ਰਿਲੇਟਿਡ ਉਸਨੂੰ ਕੀ ਹੈ ਜਨਰਲਾਈਜ਼ ਕਰੇਗਾ ਉਸ ਕੁਐਸਚਨ ਦੇ ਉੱਤੇ ਠੀਕ ਹੈ ਫਿਰ ਕੀ ਹੈ ਉਸ ਆਪਣੀ ਪ੍ਰੀਵੀਅਸ ਨੌਲੇਜ ਦੇ ਨਾਲ ਕੁਐਸਚਨ ਨੂੰ ਕੀ ਹੈ ਅਟੈਂਪਟ ਕਰੇਗਾ ਠੀਕ ਹੈ ਤਾਂ ਸਭ ਤੋਂ ਪਹਿਲਾਂ ਕੀ ਕਰੇਗਾ ਖੋਜਬੀਨ ਕਰੇਗਾ ਤਾਂ ਇਦਰ ਇਜਾ ਪੈਡਾਗੋਜੀ ਦੇ ਅਕੋਰਡਿੰਗ ਇਟ ਐਗਜ਼ੈਕਟ ਬੈਟਰ ਅਨਸਰ ਹੋਊ ਕਿ ਆਪਣਾ ਖੋਜਬੀਨ ਕਰਨਾ ਸਧਾਰਨ ਨਿਯਮਾਂ ਨੂੰ ਲੱਭਣਾ ਸਧਾਰਨ ਨਿਯਮਾਂ ਨੂੰ ਲੱਭ ਕੇ ਸਭ ਦੇ ਸਾਹਮਣੇ ਪੇਸ਼ ਕਰਨਾ ਠੀਕ ਹੈ ਇੰਗਲਿਸ਼ ਦੇ ਵਿੱਚ ਤੁਸੀਂ ਦੇਖ ਲਓ ਸਭ ਤੋਂ ਪਹਿਲਾਂ ਕੀ ਇਨਵੈਸਟਿਗੇਟਿੰਗ ਕਰਨੀ ਪੈਂਦੀ ਹੈ ਕੁਐਸਚਨ ਦੇ ਉੱਤੇ ठीक है जो भी मान लो कोई केस वगैरह कुछ भी आता सब तो पहले कि इनवैसिगेटिंग ही होंगी उस तो बाद जो रूल रेगुलेन्स ने उन्होंने इंप्लीमेंट किए जाते हैं ठीक है जी बड़ा अच्छा क्वेश्चन थोड़ा कंसैप्ट पैडागोजी रिलटिड क्वेश्चन से हाँ जी बड़ा आ, सिंपल जहा क्वेश्चन की कहने वाइल्ड मल्टीपलाइंग माइनस थ्री इंटू माइनस सैवन राजा आंसर माइनस ट्वेंटी वन देखो उसने की किया आंसर की है जो एंसर कि बना बनना चाहिए वो बनना चाहिए ठीक है बट माइनस द्वारा गलती की गई है देखो राजा इज नॉट क्लीयर अबाउट द डिवीजन डिवीजन मीन देखो, देखो मल्टीप्लीकेशन हो रही डिवीजन तो नहीं हो रही ऑप्शन ए की आ इलीमीनेट हो गया राजा 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 हैज नॉट अंडरसटैंड ऑफ मल्टीप्लीकेशन ऑफ इंटीजर्स हाँ मल्टीप्लीकेशन की गल करिए अपना आंसर ਹੋ ਸਕਦਾ ਠੀਕ ਹੈ ਮੈਥਮੈਟਿਕਸ ਦੇ ਵਿੱਚ ਕੀ ਹੈ ਕੇਅਰਲੈਸ ਵਾਲੀ ਕੋਈ ਗੱਲ ਨਹੀਂ ਹੁੰਦੀ ਤੁਸੀਂ ਕੀ ਹੈ ਅਨਸਰ ਨੂੰ ਕਨਸੈਪਟ ਨੂੰ ਅੱਛੇ ਤਰੀਕੇ ਨਾਲ ਪੜ੍ਹਨਾ ਹੈ ਠੀਕ ਹੈ ਕੇਅਰਲੈਸ ਹੋਵੇ ਨਾ ਹੋਵੇ ਇਹਦਾ ਕੋਈ ਮੈਟਰ ਨਹੀਂ ਕਰਦਾ ਆਪਸ਼ਨ ਸੀ ਵੀ ਇਲੀਮੀਨੇਟ ਰਾਜਾ ਨੀਡ ਮੋਰ ਪ੍ਰੈਕਟਿਸ ਫॉर ਐਡੀਸ਼ਨ ਆਫ ਇੰਟੀਜਰਸ ਦੇ ਕੰਡੀਸ਼ਨ ਦੀ ਗੱਲ ਨਹੀਂ ਕਰ ਰਹੇ ਤਾਂ ਆਪਸ਼ਨ ਡੀ ਵੀ ਗਲਤ ਹੋ ਗਿਆ ਦੇਖੋ ਆਪਸ਼ਨ ਬੀ ਦੇ ਇਸ ਦੇ ਅਕੋਰਡਿੰਗ ਆਪਣਾ ਆਪਸ਼ਨ ਕੀ ਹੈ ਬੀ ਅਨਸਰ ਹੈ ਰਾਜਾ ਹੈਜ਼ ਨਾਟ ਅੰਡਰਸਟੈਂਡ ਦਾ ਕਨਸੈਪਟ ਆਫ ਮਲਟੀਪਲੀਕੇਸ਼ਨ ਆਫ ਇੰਟੀਜਰਸ ਉਕੀ ਕੀਤਾ ਉਹਨੇ ਕਿ ਜਿਹੜੀ ਇੰਟੀਜਰਸ ਦੀ ਮਲਟੀਪਲੀਕੇਸ਼ਨ ਆ ਉਹਦੇ ਕਨਸੈਪਟ ਵਿੱਚ ਥੋੜਾ ਵੀਕ ਹੈ ਉਹਨੂੰ ਚੰਗੇ ਤਰੀਕੇ ਨਾਲ ਸਮਝ ਨਹੀਂ ਆਏ ਤੇ ਇਸ ਲਈ ਕਿ ਇਹ 에ਰਰ ਕੀ ਹੈ ਉਸਦੇ ਰਾਜਾ ਦੁਆਰਾ ਕੀਤਾ ਜਾ ਰਿਹਾ ਹੈ ਕਿ ਉਹ ਇੰਟੀਜਰਸ ਦੀ ਮਲਟੀਪਲੀਕੇਸ਼ਨ ਦੇ ਬਾਰੇ ਮਿਸਕਨਸੈਪਸ਼ਨ ਹੈ ਉਹਦੇ ਮਾਈਂਡ 'ਚ ਜੇ ਹੈਗੀ ਹੈ ਠੀਕ ਹੈ ਜੀ ਤਾਂ ਚੱਲਦੇ ਨੇ ਨੈਕਸਟ ਕੁਐਸਚਨ ਤੇ ਜੀ ਹਾਂ ਜੀ ਹੁਣ ਦੇਖੋ ਕੀ ਅਗਲਾ ਕੁਐਸਚਨ ਕੀ ਕਹਿੰਦਾ ਵੈਨ ਰੋਹਿਤ ਐਡ ਟੂ ਨੰਬਰਸ ਔਨ ਪੇਪਰ ਹੀ ਗੈਟ 102 ਕਹਿੰਦਾ ਵੀ ਜਦੋਂ ਪੇਪਰ ਮੰਨ ਲਓ ਪੈਨ ਕਾਪੀ ਪੈਨਸਲ ਨਾਲ ਸੋਲਵ ਕਰ ਰਿਹਾ ਦੋ ਨੰਬਰਸ ਨੂੰ ਉਹਦਾ ਆਨਸਰ ਕਿੰਨਾ ਆ ਰਿਹਾ 102 ਠੀਕ ਹੈ ਬਟ ਵੈਨ ਹੀ ਡਸ ਇਟ ਔਰਲੀ ਮੀਨਸ ਜਦੋਂ ਮੂਹ ਜਵਾਨੀ ਉਹਨੂੰ ਸੋਲਵ ਕਰ ਰਿਹਾ ਤਾਂ ਉਹ ਆਨਸਰ ਕਿੰਨਾ ਆ ਰਿਹਾ ਫਿਰ ਉਹਦਾ 30 ਆ ਰਿਹਾ ਵਨ ਆਫ ਦੀਸ ਆਨਸਰ ਇਜ਼ ਕਰੈਕਟ ਕਹਿੰਦਾ ਇਹ ਦੋਨਾਂ ਦੇ ਵਿੱਚੋਂ ਇੱਕ ਆਨਸਰ ਕਰੈਕਟ ਆ ਆਪਾਂ ਨੂੰ ਨਹੀਂ ਪਤਾ ਉਹ ਵੀ 102 ਵਾਲਾ ਕਰੈਕਟ ਆ ਜਾਏ 30 ਵਾਲਾ ਕਰੈਕਟ ਆ ਠੀਕ ਹੈ ਵਟ ਮਾਈਟ ਬੀ ਦਾ ਪੋਸੀਬਲ ਐਰਰ ਮਸਟ ਹੀ ਡੂਇੰਗ ਤਾਂ ਆਪਾਂ ਇਹ ਦੱਸਣਾ ਵੀ ਇਹਦੇ ਚ ਜਿਹੜੀ ਪੋਸੀਬਲ ਇਹ ਗਲਤੀ ਹੈ ਉਹ ਬੱਚਾ ਕੀ ਕਰ ਰਿਹਾ ਆਪਾਂ ਨੂੰ ਨਹੀਂ ਪਤਾ ਵੀ ਜਦੋਂ ਪੇਪਰ ਪੈਨਸਲ ਤੇ ਅਨਸਰ ਕਰਦੇ ਹੋ ਠੀਕ ਹੈ ਜੇ ਉਹਨੇ ਔਰਲੀ ਅਨਸਰ ਕਰਦਾ ਹੈ ਜੇ ਉਹ ਠੀਕ ਹੈ ਠੀਕ ਹੈ ਪੰਜਾਬੀ ਦੇ ਵਿੱਚ ਪੰਜਾਬੀ ਦੇ ਵਿੱਚ ਤੁਸੀਂ ਇੱਥੋਂ ਪੜ੍ਹ ਲਓ ਪੰਜਾਬੀ ਦੇ ਵਿੱਚ ਇਹਨੇ ਕੀ ਲਿਖਿਆ ਹੋਇਆ ਠੀਕ ਹੈ ਉਹ ਦੇਖੋ ਹੀ ਡਸ ਨੋਟ ਨੋ ਹਾਊ ਟੂ ਐਡੀਸ਼ਨ ਕਹਿੰਦਾ ਉਹਨੂੰ ਇਹ ਨਹੀਂ ਪਤਾ ਵੀ ਐਡੀਸ਼ਨ ਕਿਸ ਤਰ੍ਹਾਂ ਕਰਨੀ ਹੈ ਠੀਕ ਹੈ ਦੇਖੋ ਜੇ ਤਾਂ ਉਹਨੇ ਇੱਕ ਗੱਲ ਇਹ ਇਹ ਗੱਲ ਜੀ ਲਿਖੀ ਹੈ ਵੀ ਦੋਨਾਂ ਦੇ ਵਿੱਚੋਂ ਇੱਕ ਅਨਸਰ ਠੀਕ ਹੈ ਇਹਦਾ ਮਤਲਬ ਕਿ ਉਹਨੂੰ ਐਡੀਸ਼ਨ ਕਰਨੀ ਆਉਂਦੀ ਹੈ ਚਾਹੇ ਉਹ ਔਰਲੀ ਠੀਕ ਕਰ ਰਿਹਾ ਚਾਹੇ ਉਹ ਪੇਪਰ ਪੈਨ ਨਾਲ ਠੀਕ ਕਰ ਰਿਹਾ ਠੀਕ ਹੈ ਇਟ ਮੀਨਸ ਇਹ ਵਾਲੀ ਆਪਸ਼ਨ ਦਾ ਗਲਤ ਹੋਗੀ ਵੀ ਉਹਨੂੰ ਐਡੀਸ਼ਨ ਆਉਂਦੀ ਹੋਣੀ ਹੈਗੀ ਠੀਕ ਹੈ ਕਿਉਂਕਿ ਉਹਨੇ ਇੱਕ ਗੱਲ ਲਿਖੀ ਹੋਈ ਹੈ ਉੱਪਰ ਇਸ ਤੋਂ ਆਪਾਂ ਨੂੰ ਇਹਦੇ ਤੋਂ ਆਪਾਂ ਚੈੱਕ ਕਰ ਰਹੇ ਆਂ ਵੀ ਉਹਨਾਂ ਨੇ ਕਿਹਾ ਵੀ ਇਹ ਦੋਨਾਂ ਚ ਇੱਕ ਤਾਂ ਠੀਕ ਹੈ ਇਟ ਮੀਨਸ ਉਹਨੂੰ ਐਡੀਸ਼ਨ ਵਗੈਰਾ ਤਾਂ ਆਉਂਦੀ ਹੈ ਠੀਕ ਹੈ ਉਸ ਤੋਂ ਬਾਅਦ ਕੀ ਹੈ ਹੀ ਹੈਜ਼ ਕਨਫਿਊਜ਼ਨ ਇਨ ਪਲੇਸ ਵੈਲਿਊ ਇਹ ਅਨਸਰ ਹੋ ਸਕਦਾ ਹੈ ਵੀ ਉਹ ਪਲੇਸ ਵੈਲਿਊ ਔਰਲੀ ਜਾਂ ਕੀ ਹੈ ਪੇਪਰ ਪੈਪਰ ਪੈਨਸਲ ਨਾਲ ਕਰਨ ਦੇ ਵਿੱਚ ਮਿਸਕਨਸੈਪਸ਼ਨ ਉਹਦੀ ਹੋਵੇ ਠੀ ਉਸ ਤੋਂ ਬਾਅਦ ਕਿ ਲਿਖੋ ਹੀ ਇਜ਼ ਗੁੱਡ ਔਰਲੀ ਬਟ ਵੀਕ ਇਨ ਡੂਇੰਗ ਐਡੀਸ਼ਨ ਔਰ ਨੋਟਪੈਕ ਮਨ ਨੋਟਬੁੱਕ ਦੇਖੋ ਇਹ ਨਹੀਂ ਹੁੰਦਾ ਵੀ ਕੋਈ ਬੱਚਾ ਔਰਲੀ ਮੈਥ ਕਰੀ ਰਿਹਾ ਹੋ ਤਾਂ ਉਹਨੂੰ ਕਾਪੀ ਪੈਨ ਤੇ ਕਰਨਾ ਨਹੀਂ ਆ ਰਿਹਾ ਠੀਕ ਹੈ ਤਾਂ ਬੇਤੁਕਾ ਜਿਹਾ ਇਹਨਾਂ ਨੇ ਆਪਣੇ ਵੱਲੋਂ ਬਣਾਇਆ ਹੈ ਹੀ ਇਜ਼ ਹੀ ਇਜ਼ ਗੁੱਡ ਡੂਇੰਗ ਐਡੀਸ਼ਨ ਔਰ ਨੋਟਬੁੱਕ ਬਟ ਵੀਕ ਇਨ ਔਰਲੀ ਦੇਖੋ ਇਹ ਵੀ ਨਹੀਂ ਅਨਸਰ ਅਨਸਰ ਆਪਣਾ ਬੰਦਾ ਵੀ ਉਹ ਕੀ ਹੈ ਨੋਟਬੁੱਕ ਉੱਤੇ ਕਰੀ ਜਾਵੇ ਤੇ ਔਰਲੀ ਬੱਚੇ ਨੂੰ ਬੋਲਣਾ ਨਾ ਆਵੇ ਠੀਕ ਹੈ ਜੋ ਨੋਟਬੁੱਕ ਉਤੇ ਕਰ ਪਾ ਰਿਹਾ ਤਾਂ ਉਹ ਔਰਲੀ ਵੀ ਬੜੇ ਆਸਾਨੀ ਤਰੀਕੇ ਨਾਲ ਕਰ ਲੂਗਾ ਦੇਖੋ ਇੱਥੋਂ ਜਿਹੜਾ ਪੋਸੀਬਲ ਆਨਸਰ ਆਪਣੇ ਕੋਲ ਕੀ ਬੰਦ ਹੈ ਵੀ ਉਹ ਕੀ ਹੈ ਬੱਚੇ ਨੂੰ ਜਿਵੇਂ ਆਪਾਂ ਦੇਖਦੇ ਹਾਂ ਵੀ ਬੱਚੇ ਨੂੰ ਜਿਹੜੀ ਪਲੇਸ ਵੈਲਿਊਜ਼ ਉੱਤੇ ਹੁੰਦੇ ਆ ਹਨਾ ਵੀ ਉਹਨਾਂ ਦੇ ਉੱਤੇ ਦਿੱਕਤ ਆਉਂਦੀ ਹੈ ਵੀ ਉਹ ਔਰਲੀ ਉਹ ਕੀ ਕਰ ਲੋ ਕਈ ਕਈ ਬੱਚੇ ਕੀ ਔਰਲੀ ਉਸ ਨੂੰ ਕਰ ਨਹੀਂ ਕਰ ਪਾਉਂਦੇ ਉਹ ਕੀ ਉਹਨਾਂ ਨੂੰ ਹਮੇਸ਼ਾ ਪੇਪਰ ਪੈਨ ਜਾਂ ਪੇਪਰ ਪੈਨ ਦੀ ਲੋੜ ਪੈਂਦੀ ਹੀ ਪੈਂਦੀ ਹੈ ਠੀਕ ਹੈ ਤਾਂ ਇਹਦੇ ਵਿੱਚ ਜਿਹੜਾ ਪੋਸੀਬਲ 에ਰਰ ਆਉ ਕਿ ਇਹ ਹੀ ਹੋ ਸਕਦਾ ਬੀ ਉਸ ਨੂੰ ਕੀ ਹੈ ਪਲੇਸ ਵੈਲਿਊ ਦੇ ਉੱਤੇ ਜਿਹੜੇ ਹਜੇ ਪੂਰੀ ਚੰਗੀ ਤਰੀਕੇ ਨਾਲ ਜਿਹੜੀ ਜਾਣਕਾਰੀ ਨਹੀਂ ਆ ਰਹੀ ਹੈ ਉਹਦੇ ਚ ਉਹਨੂੰ ਕੀ ਹੈ ਪ੍ਰੋਬਲਮ ਕ੍ਰੀਏਟ ਹੋ ਰਹੀ ਹੈ ਠੀਕ ਹੈ ਤਾਂ ਇਧਰ ਐਗਜ਼ੈਕਟ ਆਨਸਰ ਕੀ ਹੈ ਜੀ ਹੀ ਹੈਜ਼ ਕਨਫਿਊਜ਼ਨ ਇਨ ਪਲੇਸ ਵੈਲਿਊ ਸਿਸਟਮ ਪਲੇਸ ਵੈਲਿਊ ਸਿਸਟਮ ਦੇ ਵਿੱਚ ਜਿਹੜਾ ਉਹਦਾ ਕਨਸੈਪਟ ਉਹ ਏ ਵੀਕ ਹੈ ਹਜੇ ਚੱਲਦੇ ਨੇ ਨੈਕਸਟ ਕੁਐਸਚਨ ਤੇ ਹਾਂਜੀ ਅਦਰ ਸਭ ਤੋਂ ਸੈਕਿੰਡ ਲਾਸਟ ਕੁਐਸਚਨ ਹੈ ਇਹਦੇ ਵਿੱਚ ਕੀ ਦੇਖੋ ਕਿ ਕੀ ਪੁੱਛਿਆ ਗਿਆ ਇਸਨੇ ਹਾਊ ਕੈਨ ਅ ਟੀਚਰ ਵਰਕ ਟੂਵਰਡ ਦਾ ਮਿਸਕਨਸੈਪਸ਼ਨ ਆਫ ਅ ਸਟੂਡੈਂਟ ਫੋਰ ਕਨਸੈਪਟ ਇਨ ਮੈਥ ਮੰਨ ਲਓ ਇੱਕ ਬੱਚਾ ਮੈਥ ਦੇ ਵਿੱਚ ਕੁਝ ਕਨਸੈਪਟਸ ਨੂੰ ਲੈ ਕੇ ਕੀ ਹੈ ਵੀਕ ਹੈ ਜਾਂ ਉਹਦੇ ਦਿਮਾਗ ਦੇ ਵਿੱਚ ਉਹ ਕੀ ਕਨਸੈਪਟ ਦੀ ਜਿਹੜੀ ਅੱਛੇ ਤਰੀਕੇ ਨਾਲ ਅੰਡਰਸਟੈਂਡਿੰਗ ਨਹੀਂ ਹੋ ਰਹੀ ਤਾਂ ਇੱਕ ਟੀਚਰ ਇੱਕ ਟੀਚਰ ਹੋਣ ਦੇ ਨਾਤੇ ਆਪਾਂ ਨੂੰ ਟੀਚਰਸ ਨੂੰ ਕੀ ਕਰਨਾ ਚਾਹੀਦਾ ਦੇਖੋ ਸਭ ਤੋਂ ਪਹਿਲੇ ਆਪਸ਼ਨ ਕੀ ਹੈ ਇਗਨੋਰਿੰਗ ਦਾ ਚਾਈਲਡ ਦੇਖੋ ਇੱਥੇ ਗਲਤ ਹੋ ਗਿਆ ਵੀ ਆਪਾਂ ਉਸ ਬੱਚੇ ਨੂੰ ਇੱਕ ਨੋਰੀ ਕਰ ਦੋ ਦੇਖੋ ਆਪਾਂ ਐਜ਼ ਅ ਟੀਚਰ ਬਣਨ ਜਾ ਰਹੇ ਆ ਤਾਂ ਆਪਾਂ ਨੂੰ ਕੀ ਹੈ ਕਿਸੇ ਵੀ ਬੱਚੇ ਨੂੰ ਘਟਵਾਦ ਨਹੀਂ ਸਮਝਣਾ ਚਾਹੀਦਾ ਜੇ ਮਾਲੋ ਨਹੀਂ ਆ ਰਿਹਾ ਤਾਂ ਉਹਨੂੰ ਦੇਖੋ ਵੀ ਇਸ ਬੱਚੇ ਨੂੰ ਕਿਉਂ ਨਹੀਂ ਆ ਰਿਹਾ ਠੀਕ ਆ ਆਪਾਂ ਉਹਨੂੰ ਇਗਨੋਰ ਨਹੀਂ ਕਰ ਸਕਦੇ ਕਿਉਂਕਿ ਆਪਣੀ ਡਿਊਟੀ ਹੈ ਵੀ ਆਪਾਂ ਬੱਚਿਆਂ ਨੂੰ ਪੜਾਉਣਾ ਚਾਹੀਏ ਚਾਹੇ ਉਹ ਬੱਚਾ ਕਮਜ਼ੋਰ ਆ ਚਾਹੇ ਉਹ ਬੱਚਾ ਇੰਟੈਲੀਜੈਂਟ ਹੈ ਉਸ ਤੋਂ ਬਾਅਦ ਕੀ ਹੈ ਅੰਡਰਸਟੈਂਡਿੰਗ ਦਾ ਚਾਈਲਡਸ ਰੀਜ਼ਨਿੰਗ ਟਵਰਡਸ ਦਾ ਕਨਸੈਪਟ ਐਂਡ ਦੈਨ ਫੈਸਿਲਿਟੇਟਿੰਗ ਹਰ ਅਕੋਰਡਿੰਗਲੀ ਦੇਖੋ ਇਹ ਬੜਾ ਅੱਛਾ ਆਨਸਰ ਹੈ ਕਿ ਆ ਕਿ ਅੰਡਰਸਟੈਂਡਿੰਗ ਨੂੰ ਸਮਝਣਾ ਪੈਣਾ ਕਿ ਬੱਚਾ ਉਸ ਕਨਸੈਪਟ ਨੂੰ ਲੈ ਕੇ ਕੀ ਅੰਡਰਸਟੈਂਡਿੰਗ ਆ ਉਹਦੀ ਉਹਦੀ ਰੀਜ਼ਨਿੰਗ ਕੀ ਹੈ ਠੀਕ ਹੈ ਫਿਰ ਉਸ ਦੇ ਅਕੋਰਡਿੰਗ ਆਪਾਂ ਕੀ ਹੈ ਬੱਚੇ ਨੂੰ ਫੈਸਿਲੀਟ ਕਰਾਂਗੇ ਮੀਨ ਬੱਚੇ ਨੂੰ ਆਪਾਂ ਉਹਦੇ ਅਕੋਰਡਿੰਗ ਉਹਦੇ ਜਿਹੜੇ ਰਿਮੀਡੀਅਲ ਟੀਚਿੰਗ ਆਪਾਂ ਉਹਨੂੰ ਯੂਜ਼ ਕਰਾਂਗੇ ਠੀਕ ਹੈ ਠੀਕ ਹੈ ਆਪਣਾ ਇਹ ਆਪਣਾ ਆਨਸਰ ਹੋ ਸਕਦਾ ਇਹ ਆਪਣਾ ਆਨਸਰ ਹੋ ਸਕਦਾ ਠੀਕ ਹੈ ਬਟ ਇਸ ਸਿੱਧਾ ਅਨਸਰ ਨਹੀਂ ਲਾਣਾ ਸਾਰੇ ਦੇ ਸਾਰੇ ਆਪਸ਼ਨ ਚ ਚੰਗੇ ਤਰੀਕੇ ਨਾਲ ਪੜ੍ਹਨੇ ਆ ਹੋ ਸਕਦਾ ਵੀ ਇਸ ਤੋਂ ਕੋਈ ਬੈਟਰ ਆਪਸ਼ਨਸ ਵੀ ਦਿੱਤੇ ਹੋ ਸਕਦੇ ਆ ਠੀਕ ਹੈ उस तो बाद देखो गिविंग वर्कशीट एंडसिंग ऑन प्रोसीजर टू सॉल्व प्रॉब्लम्स यही हो सकते भी बच्चे में देखो कंसैप्ट हजे आ नहीं रहा है ना उस कन्फ्यूजन है और बच्चे की वर्कशीट्स करी जाए बर्क वर्कशीट्स वो किप्लीट so कर लेगा जो कन्सैप्ट नहीं क्लीयर है ठीक है तो आप की है ऑप्शन सी भी इलीमीनेट कर देंगे उस तो प्रोवाइडिंग मेडि uh, प्रोवाइडिंग रिमीडियल क्लासिस टू द स्टूडेंट देखो रिमीडियल क्लासिस है स्टूडेंट अपना मिसकनसैप्शन की है ਕਲੀਅਰ ਨਹੀਂ ਕਰ ਸਕਦੇ ਠੀਕ ਹੈ ਤਾਂ ਇਹ ਦੇਖੋ ਰਿਮੀਡੀਅਲ ਕਲਾਸਿਸ ਦਾ ਦਿਨੇ ਜ਼ਰੂਰੀ ਨੇ ਠੀਕ ਹੈ ਬਟ ਆਪਾਂ ਕਿਸ ਟਾਈਪ ਦੀ ਆ ਦਵਾਂਗੇ ਉਹਦੇ ਉਸ ਉਸ ਰਿਮੀਡੀਅਲ ਕਲਾਸਿਸ ਦੇ ਲਈ ਆਪਾਂ ਨੂੰ ਕੀ ਬੱਚੇ ਦੀ ਪਹਿਲਾਂ ਅੰਡਰਸਟੈਂਡਿੰਗ ਦੇਖਣੀ ਪੈਗੀ ਠੀਕ ਹੈ ਤਾਂ ਇਹਦੇ ਚ ਦੇਖੋ ਆ ਵੀ ਆਪਣਾ ਆਨਸਰ ਹੋ ਆ ਵੀ ਆਪਣਾ ਆਨਸਰ ਹੋ ਸਕਦਾ ਹੈ ਤਾਂ ਆ ਵੀ ਆਨਸਰ ਹੋ ਸਕਦਾ ਬਟ ਆਪਾਂ ਕੀ ਕਹਿੰਦਾ ਦੋਨਾਂ ਦੇ ਵਿੱਚ ਬੈਸਟ ਆਪਸ਼ਨ ਕੀ ਹੈ ਇੱਕ ਟੀਚਰ ਲਈ ਮੰਨ ਲਓ ਤੁਸੀਂ ਐਜ਼ ਅ ਟੀਚਰ ਮੈਂ ਜੇ ਮੈਂ ਇਹਦੇ ਚ ਆਪਸ਼ਨ ਚੂਜ਼ ਕਰੂੰਗਾ ਮੈਂ ਕੀ ਕਰੂੰਗਾ ਸਭ ਤੋਂ ਪਹਿਲਾਂ ਤਾਂ ਬੱਚੇ ਦੀ ਰੀਜ਼ਨਿੰਗ ਦੇਖੂੰਗਾ ਕਿ ਬੱਚਾ ਕਿਸ ਲੈਵਲ ਦਾ ਉਦੀ concept ਨੂੰ ਲੈ ਕੇ ਕੀ ਅੰਡਰਸਟੈਂਡਿੰਗ ਹੈ ਉਹਦੇ ਅਕੋਰਡਿੰਗ ਮੰਨ ਲਓ ਉਸ ਨੂੰ ਮਨ ਲਓ ਪਲੱਸ ਮਾਈਨਸ ਆ ਰਿਹਾ ਹੈ ਨਾ ਉਸ ਨੂੰ ਮਲਟੀਪਲੀਕੇਸ਼ਨ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਤਾਂ ਉਹ ਨੂੰ ਮੈਂ ਪਲੱਸ ਮਾਈਨਸ ਨਹੀਂ ਸਿਖਾਉਂਗਾ ਨਾ ਮੈਂ ਮਲਟੀਪਲੀਕੇਸ਼ਨ ਹੀ ਸਿਖਾਉਂਗਾ ਠੀਕ ਹੈ ਤਾਂ ਇਸੇ ਤਰੀਕੇ ਨਾਲ ਕੀ ਹੈ ਬੱਚੇ ਦੀ ਅੰਡਰਸਟੈਂਡਿੰਗ ਦੇ ਅਕੋਰਡਿੰਗ ਆਪਾਂ ਦੀ ਇੱਕ ਟੀਚਰ ਨੂੰ ਕੰਮ ਕਰਨਾ ਪਏਗਾ ਤੋਂ ਇਸ a ਬੈਸਟ ਅਨਸਰ ਹੈ ਉਹ ਕੀ ਹੈ ਜੀ ਆਪਣੇ ਕੋਲ ਆਪਸ਼ਨ b ਇਹ ਆਪਣੇ ਕੋਲ ਹੀ ਇਸ ਆਨਸਰ ਹੈ ਆਪਸ਼ਨ b ਠੀਕ ਹੈ ਜੀ ਚੱਲਦੇ ਨੇ ਨੈਕਸਟ ਕੁਐਸਚਨ ਦੇ ਅੱਜ ਇਹ ਲਾਸਟ ਕੁਐਸਚਨ ਦੇ ਉੱਤੇ ਹੈ ਜੀ ਹਾਂਜੀ which of the most important reason for a math teacher to enroll himself uh, in a scientific body or organization ida matlab ki ye bhi man lo ik math da teacher hai thik hai ohnu kisi scientific body ya organization de naal kyon judna chahida apne aap nu ode naal onde naal jeda ki touch de vich kyon rehna chahida thik hai ik man lo bhi koi teacher math da teacher hai thik hai ohi jo ohne purana retire retaya ja ohne purana padhya hoya ਉਦੇਵਾਰੇ ਹੀ ਟੀਚਰ ਕੀ ਆ ਪੜਾਈ ਜਾ ਰਹਾ ਉਹ ਆਪਣੀ ਜਿਹੜੀ ਨੌਲੇਜ ਨੂੰ ਕੀ ਹੈ ਅਪਡੇਟ ਨਹੀਂ ਕਰ ਨਹੀਂ ਕਰ ਰਿਹਾ ਤਾਂ ਕਹਿੰਦਾ ਵੀ ਵਨ ਲੀਕ ਮੈਥ ਦਾ ਟੀਚਰ ਹੈ ਉਹ ਮੰਨ ਲਓ ਕਿ ਕਿਸੇ ਸੰਸਥਾ ਨਾਲ ਜੁੜਦਾ ਹੈ ਜਾਂ ਕਿਸੇ ਆਰਗੇਨਾਈਜੇਸ਼ਨ ਨਾਲ ਜੁੜਦਾ ਹੈ ਜਿਹੜੀ ਕਿ ਮੈਥ ਦੇ ਰਿਲੇਟਿਡ ਕੰਮ ਕਰਦੀਆਂ ਨੇ ਠੀਕ ਹੈ ਉਹਨਾਂ ਦੇ ਨਾਲ ਕਹਿੰਦਾ ਕਿਉਂ ਜੁੜਨਾ ਚਾਹੀਦਾ ਇੱਕ ਮੈਥ ਦੇ ਟੀਚਰ ਨੂੰ ਸਭ ਤੋਂ ਪਹਿਲੀ ਆਪਸ਼ਨ ਦੇਖੋ ਟੂ ਬੀ ਅਪਡੇਟਡ ਵਿਦ ਅ ਲੇਟੈਸਟ ਰਿਸਰਚ ਐਂਡ ਟ੍ਰੈਂਡਸ ਇਨ ਦਾ ਫੀਲਡ ਆਫ ਮੈਥਮੈਟਿਕਸ ਇਹਦਾ ਇਹਦਾ ਅਨਸਰ ਕੀ ਹੈ ਇਹ ਕੰਨਾ ਵੀ ਜਿਹੜਾ ਮੈਥ ਨਾਲ ਰਿਲੇਟਡ ਜੋ ਰਿਸਰਚਸ ਹੁੰਦੀਆਂ ਰਹਿੰਦੀਆਂ ਨੇ ਜਾਂ ਮੈਥ ਦੇ ਫੀਲਡ ਵਿੱਚ ਜੋ-ਜੋ ਨਵੀਂ ਟੈਕਨੀਕਸ ਆਉਂਦੀਆਂ ਰਹਿੰਦੀਆਂ ਨੇ ਨਵੇਂ-ਨਵੇਂ ਮੈਥਡ ਆਉਂਦੇ ਰਹਿੰਦੇ ਆ ਉਹਨਾਂ 'ਤੇ ਜਾਣੂ ਹੋਣਾ ਚਾਹੀਦਾ ਤਾਂ ਕਿ ਉਹ ਆਪਣੇ ਆਪ ਨੂੰ ਕੀ ਹੈ ਹੋਰ ਇੰਪਰੂਵ ਕਰ ਸਕੇ ਤੇ ਬੱਚਿਆਂ ਲਈ ਫਾਇਦੇਮੰਦ ਰਿਮੀਡੀਅਲ ਟੀਚਿੰਗਸ ਯੂਜ਼ ਕਰਕੇ ਉਸ ਨੂੰ ਕੀ ਹੈ ਅੱਛੇ ਤਰੀਕੇ ਨਾਲ ਪੜਾਵੇ ਬੱਚਿਆਂ ਨੂੰ ਠੀਕ ਹੈ ਜੀ ਦੇਖੋ ਬਹੁਤ ਅੱਛਾ ਆਨਸਰ ਹੈ ਵੀ ਇਸ ਕਰਕੇ ਉਹਨੂੰ ਕੀ ਹੈ ਜੁੜਨਾ ਚਾਹੀਦਾ ਹੈ ਠੀਕ ਹੈ ਉਸ ਤੋਂ ਬਾਅਦ ਕੀ ਹੈ ਬਾਕੀ ਆਪਸ਼ਨਸ ਵੀ ਪੜ ਲੰਨੇ ਆ ਟੂ ਮੇਕ an impression on ਸਕੂਲ ਦੇਖੋ ਇਹ ਤਾਂ ਬੇਤੁਕੀ ਦੀ ਗੱਲ ਹੈ ਵੀ ਇੱਕ ਟੀਚਰ ਦੇਖੋ ਸਾਰੇ ਟੀਚਰ ਵਧੀਆ ਪੜ੍ਹੇ ਲਿਖੇ ਹੁੰਦੇ ਆ ਆਪਾਂ ਕਿਸੇ ਵੀ ਟੀਚਰ ਨੂੰ ਮਾੜਾ ਨਹੀਂ ਕਹਿ ਸਕਦੇ ਠੀਕ ਹੈ ਆਪਾਂ ਕੀ ਕਰਨਾ ਵੀ ਓਕੇ ਸਕੂਲ ਦੇ ਐਡਮਿਨਿਸਟ੍ਰੇਸ਼ਨ ਉੱਤੇ ਆਪਣਾ ਪ੍ਰਭਾਵ ਪਾ ਸਕੇ ਵੀ ਉਹ ਹਾਂਜੀ ਮੈਨੂੰ ਬਹੁਤ ਆਉਂਦਾ ਹੈ ਜਾਂ ਦੂਜੇ ਟੀਚਰਸ ਨੂੰ ਨਹੀਂ ਹੁਣਾ ਨਹੀਂ ਆਉਂਦਾ ਠੀਕ ਹੈ ਸਭ ਤੋਂ ਪਹਿਲੀ ਹੀ ਟੀਚਰ ਦਾ ਇਹੀ ਇੱਕ ਜਿਹੜਾ ਰੋਲ ਅਦਾ ਕਰਨ ਵਾਲਾ ਹੁੰਦਾ ਵੀ ਉਹ ਕਿਸੇ ਵੀ ਟੀਚਰ ਨੂੰ ਘਟਨਾ ਸਮਝਿਆ ਸਮਝਿਆ ਜਾਵੇ ਤਾਂ ਹਰੇਕ ਟੀਚਰ ਆਪਣੇ ਫੀਲਡ ਦੇ ਵਿੱਚ ਬੈਸਟ ਹੁੰਦਾ ਹੈ ਠੀਕ ਹੈ অপਸ਼ਨ ਸੀ ਦੇਖੋ टू हैव इंटरनेशनल लिंकेज इन द फील्ड ऑफ मैथमेटिक्स देखो ये बेतुकी सी गल है बी की एक मान लो ना स्कूल ਦੇ ਵਿੱਚ ਪੜਾਉਣ ਵਾਲਾ ਟੀਚਰ ਕੀ ਉਹ इंटरनेशनल ਲਿੰਕ ਬਣਾਵੇ ਮੈਥ ਦੇ ਵਿੱਚ ਠੀਕ ਹੈ ਇਹਦੇ ਨਾਲ ਬੱਚਿਆਂ ਲਈ ਕੋਈ ਫਾਇਦਾ ਨਹੀਂ ਹੋਣ ਵਾਲਾ ਠੀਕ ਹੈ ਉਹ ਕੀ ਉਹ ਤਾਂ ਆਪਣਾ ਚਲਾ ਜਾਏਗਾ मान लो कि इंटरनेशनल ਲਿੰਕ ਬਣਾ ਵੀ ਰਿਹਾ ਹੈ ਤਾਂ ਉਹ ਆਪਣਾ ਕਿਤੇ ਹੋਰ ਚਲਾ ਜਾਏਗਾ ਠੀਕ ਹੈ ਉਸ ਤੋਂ ਬਾਅਦ देखो टू हैव क्विक प्रमोशनस भी वो की है या ज्यादा پڑھ ਲਿਖ ਲਿਖ ਜਾਊਗਾ ਠੀਕ ਹੈ ਜੇ ਉਹਨੂੰ ਅੱਛੀ ਨੌਲੇਜ ਹੋਵੇ ਤਾਂ ਪ੍ਰੋਮੋਸ਼ਨ ਜ਼ਿਆਦਾ ਮਿਲ ਛੇ ਤੇ ਮਿਲ ਜੂਗੀ ਉਹਨੂੰ ਠੀਕ ਹੈ ਬੇਤੁਕੀ ਦੀ ਗੱਲ ਹੈ ਤਾਂ ਇਹਦੇ ਨਾਲ ਕਿ ਇੱਕ ਜਿਹੜਾ ਇੱਕ ਮੈਥ ਦਾ ਟੀਚਰ ਹੈ ਉਹਨੂੰ ਕੀ ਕਰਨਾ ਚਾਹੀਦਾ ਇੱਕ ਰਿਸਰਚ ਆਰਗੇਨਾਈਜੇਸ਼ਨ ਦੇ ਨਾਲ ਜੁੜਨਾ ਚਾਹੀਦਾ ਤਾਂ ਜੋ ਆਪਣੀ ਉਹਦੀ ਨੌਲੇਜ ਹੈ ਉਸਨੂੰ ਅਪਡੇਟ ਕਰਦਾ ਰਹੇ ਟਾਈਮ ਟੂ ਟਾਈਮ ਤਾਂ ਜੋ ਬੱਚਿਆਂ ਲਈ ਬੈਨੀਫੀਸ਼ੀਅਲ ਹੋਵੇ ਤੇ ਆਉਣ ਵਾਲੇ ਜਿਹੜੇ ਟਾਈਮ ਦੇ ਵਿੱਚ ਜਿਹੜੇ ਬੱਚਿਆਂ ਨੂੰ ਟੀਚਿੰਗ ਦੇਣੀ ਆ ਜਾਂ ਉਹਨਾਂ ਨੂੰ ਕੁਐਸ਼ਨਸ ਕਰਾਉਣੇ ਆ ਜਾਂ ਉਹਨਾਂ ਨੂੰ ਮੈਥਡ ਸਿਖਾਉਣੇ ਆ ਠੀਕ ਹੈ ਉਹ ਅੱਛੇ ਤਰੀਕੇ ਨਾਲ ਸਿਖਾਇਆ ਜਾ ਸਕੇ ਠੀਕ ਹੈ ਸੋ ਅੱਸੀ ਜੀ ਇਹ ਸੀਗੇ ਅੱਜ ਦੇ ਆਪਣੇ ਲਾਸਟ 10 ਕੁਐਸਚਨ ਜਿਹੜਾ ਪੀਐਸਟ ਜੰਬਰ 2016 ਦੇ ਵਿੱਚ ਹੋਇਆ ਸੀਗਾ ਠੀਕ ਹੈ ਆਈ ਹੋਪ ਤੁਸੀਂ ਸਾਰਿਆਂ ਨੇ ਵੀਡੀਓ ਨੇ ਇੰਜੋਏ ਕੀਤਾ ਹੋਵੇਗਾ ਤੇ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਠੀਕ ਹੈ ਕਿਉਂਕਿ ਦੇਖੋ ਥੋੜੇ ਸ਼ੇਅਰ ਕਰਨ ਦੇ ਨਾਲ ਦੇ ਸਬਸਕ੍ਰਾਈਬ ਕਰਨ ਦੇ ਨਾਲ ਹੀ ਸਾਨੂੰ ਕੀ ਹੈ ਜੀ ਮੋਟੀਵੇਸ਼ਨ ਮਿਲਦੀ ਹੈ ਤੇ ਬੈਲ ਆਈਕਨ ਨੂੰ ਜਰੂਰ ਦਬਲਿਆ ਕਰੋ ਤੇ ये हजे तक साढ़े टेलीग्राम चैनल देते नहीं जुड़े तो ही साढ़े चैनल का नाम है टैलीग्राम ऐप या प्ले स्टोर तो डाउनलोड करके इतने थोनों पी डी एफ वगैरह तो हो जी इन्फोरमेस है डेली अपू डे डेट थोड़ू की है मिलती है ठीक है जी तो मिलते हैं नवी वीडियो के नवे टॉपिक वीडियो से प्लेलिस्ट के नद तक अपना ध्यान रखो मिल जाए जी नवीं भीडियो के